अस्सलाम वालेकुम नाज़रीन। नाज़रीन आज मैं हूँ चिड़ियाघर, क्योंकि जानवर भी इंसान होते हैं, नहीं जानवर भी जानदार होते हैं, उनकी भी भावनाएं होती हैं, उनका भी दिल करता है कि उनको भी खुश किया जाए। क्योंकि बाहर वालों को, कईयों को तो मैं कर देता हूँ, अंदर वालों को भी करना चाहिए मुझे, और वैसे भी इनके साथ मेरी बड़ी निस्बत है, जानवर मुझे बहुत अच्छे लगते हैं। पूरे पिंजरे दे विच सिर्फ है दो करैक्टर, वो देखो, वो देखो, ओए 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 दे छिले दा बांदर। अच्छा साजी ये दो दिन दे भी होना है, टेक दे नहीं। ओए अच्छा वो पता की सोच रहे ऑर्डर। ਓਏ ਹੋਏ ਸਾ ਜੀ ਮਾਂ ਪਿਓ, ਮਾਂ ਪਿਓ ਹੀ ਹੁੰਦਾ ਭਾਵੇਂ ਬਾਂਦਰਾਂ ਦਾ ਹੋਵੇ। ਉਹ ਦੇਖੋ ਆ, ਦੇਖਣਾ ਨੂੰ ਖਿਡਾਰ, ਉਹ ਦੇਖੋ। ਹਾਏ ਆ ਮੈਂ ਸ਼ਕਰੇ ਜਾਵਾਂ ਤੇਰੇ, ਹੈ ਆ ਨੱਕ ਤੇ ਕੀ ਲੱਗਾ ਭਾਈ। ਯਹਾਂ ਪੇ ਬੰਦਰ ਵੀ ਹੈ, ਲੂੰਬੜੀਆਂ ਵੀ ਹੈ, ਗਿੱਦੜ ਵੀ ਹੈ, ਸਾਰੇ ਜਾਨਵਰ ਹੈ ਨਾ ਯਹਾਂ ਪੇ। तो फिर क्यों इधर आए आप, आपकी क्या जरूरत, मतलब आप क्यों फिर आपको आए? देख के आया हूं मुझे आप मुझे देख के आए हैं, मैं आपको देखने आया हूं कैसा फर्क है दोनों में, है ना। नहीं फिर भी आपको कौन सा जानवर पसंद है सब में से? शेर। शेर पसंद है, देख के आए शेर को? हां जी। शेर में क्या पसंद है, उसकी दहशत, उसकी खाल, उसकी कदो कदामत क्या पसंद है? पसंद है बस बस ਬਾ ਪਸੰਦ ਆ ਪੈਣ ਤੁਹਾਨੂੰ। ਮੈਂ ਬੀਅਰ ਦੇਖ ਕੇ ਆਇਆ ਹਾਂ। ਬੀਅਰ? ਉਹ ਯਾਰ ਮੈਨੂੰ ਉਰਦੂ ਚ ਦੱਸ, ਪੰਜਾਬੀ ਚ। ਹਿਰਨ? ਹਿਰਨ ਦੇਖ ਕੇ ਆਇਆ। ਰੀਚ? ਰੀਚ ਕੋ ਬੀਅਰ ਕਹਤੇ ਹੈ? ਨਹੀਂ, ਹਾਂ ਬੀਅਰ ਕਹਤੇ ਹੈ ਰੀਚ ਕੋ। ਇਹ ਤੇ ਹੁਣ ਮੈਂ ਮੇਰੇ ਹਾਲ ਜਾਨਵਰਾਂ ਜਰੂਰਾਂ ਨੂੰ ਪੁੱਛਾਂਗੇ ਵੀ ਤੁਹਾਨੂੰ ਕੈਸੇ ਲੱਗੇ ਨੇ, ਇਹ ਤਾਂ ਮੈਂ ਉਲਟ ਕਰ ਰਿਹਾ ਹਿਸਾਬ, ਹੈ ਨਾ। ਮੈਂ ਤੁਹਾਨੂੰ ਪੁੱਛ ਰਿਹਾ ਜਾਨਵਰਾਂ ਦੇ ਬਾਰੇ ਚ। ਮੈਂ ਦਿਲ ਕਰੇ ਅੱਗੇ ਜਾਵਾਂ, ਕੋਈ ਬਾਂਦਰ ਮੈਨੂੰ ਕਹੇ ਯਾਰ ਉਹ ਮੋਟਾ ਜਿਹਾ ਐਨੂੰ ਗਿਆਨ ਤੇ ਲਿਆ ਫੜ। ਕਿਹੜੀ ਸਬਜ਼ੀ ਐਸੀ ਹੈ ਜਿਹੜੀ ਜ਼ਿਆਦਾ ਖਾਈਏ ਨਾ ਤੇ ਸਿਰਫ ਕੰਨ ਤੇ ਨੱਕ ਵੱਡਾ ਹੁੰਦਾ? ਸਬਜ਼ੀ ਯਾਰ ਹੈ ਸਬਜ਼ੀ, ਤੂੰ ਪੜਦਾ ਨਹੀਂ? ਸਬਜ਼ੀ ਥੋੜੀ ਪੜਨਾ, ਸਬਜ਼ੀ ਉਹਨਾਂ ਨੇ ਪੜਾਣਾ। ਸਬਜ਼ੀਆਂ ਸਾਰਾ ਕੁਝ ਹੁੰਦਾ ਸਾਇੰਸ ਦੇ ਵਿੱਚ, ਆਰਟਸ ਦੇ ਵਿੱਚ, ਜਿੱਦਾਂ ਹਰ ਚੀਜ਼ ਦੇ ਵਿੱਚ ਸਬਜ਼ੀਆਂ ਦਾ ਨਹੀਂ ਦੱਸਦੇ? ਚੱਲ ਦੱਸ। ਨਹੀਂ ਨਹੀਂ। ਕਿਹੜੀ ਸਬਜ਼ੀ ਐਸੀ ਜਿਹਦੇ ਖਾਣ ਨਾਲ ਕੰਨ ਜ਼ਿਆਦਾ ਵੱਡੇ ਹੁੰਦੇ ਨੇ ਤੇ ਨੱਕ ਵੱਡਾ ਹੁੰਦਾ? ਨਹੀਂ ਪਤਾ, ਤੂੰ ਦੱਸ। ਕੋਈ ਆਈਡੀਆ ਨਹੀਂ ਹੈ? ਕੋਈ ਆਈਡੀਆ ਨਹੀਂ। ਤੂੰ ਮੈਨੂੰ ਸਵਾਲ ਕਰ, ਕਿਹੜਾ ਇਨਸਾਨ ਆ ਜਿਹਦੀ ਜਿਹਦੀ ਬਾਂਸਰੀ ਵਰਗੀ ਸ਼ਕਲ ਆ? ਸਵਾਲ ਕਰ ਮੈਨੂੰ ਯਾਰ, ਚੱਲ ਕਰ। ਹੈਂ ਤੇਰੇ ਜਵਾਬ ਦਾ ਪਤਾ ਲੱਗ ਗਿਆ ਨਾ, ਵੇਖਿਆ ਇਹ ਹੁੰਦਾ ਜ਼ਹਾਨਤ। ਹਾਲੇ ਮੈਂ ਜਵਾਬ ਹੀ ਨਹੀਂ ਦਿੱਤਾ, ਤੂੰ ਸਮਝ ਗਿਆ। ਕੀ ਹਾਲ ਹੈ ਬੇਟਾ? ਕਿਆ ਨਾਮ ਹੈ ਆਪਕਾ? ਅਬਦੁਲ ਬਾਸਿਦ। ਅਬਦੁਲ ਬਾਸਿਦ, ਇਧਰ ਮੂੰਹ ਕਰੋ। ਅਬਦੁਲ ਬਾਸਿਦ ਕੌਣ ਥੇ ਭਲਾ, ਪਤਾ ਤੁਮੇ? ਇੱਕ ਮਸ਼ਹੂਰ ਆਦਮੀ ਥੇ ਅਬਦੁਲ ਬਾਸਿਦ, ਪਤਾ? ਕਾਰੀ ਅਬਦੁਲ ਬਾਸਿਦ। ਕਾਰੀ ਅਬਦੁਲ ਬਾਸਿਦ ਕਿਸ ਮੁਲਕ ਕੇ ਥੇ ਵੋ? ਮਿਸਰ। ਮਿਸਰ, ਹਾਂ। ਜੈਸੇ ਘਰੋਂ ਮੈਂ ਨਹੀਂ ਅਕਸਰ ਮਿਸਰ ਚੌਲ ਪਕਤੇ ਦੇਖਾ ਕਦੀ, ਹੈ ਨਾ। ਅੱਛਾ ਤੁਮੇ ਕੋਈ ਪੋਈਮ ਆਤੀ? ਪੋਈਮ मुझे एक फनी जोक आता है। फनी जोक सुनाओ। अच्छा एक ना मम्मा के उसका ना एक बच्चा होता है, मम्मा कहती है जाओ सामान लेके आओ, केला, चीनी और समोसे। वो ना जाके आ रहा होता है, उसके ना गटर में से बदबू आती है, वो गटर के अंदर चीनी डाल देता है। उसके बाद आगे जाते हैं, उसको बंदा मिलता है, उनको केले डाल देता है और ना आगे जाके उसको भूख लगती है, समोसे खा लेता है। आगे घट जाके मम्मा पूछती है सामान किधर है, कहते दमादम मस्कल अंदर, समोसा पेट के अंदर, दमादम मस्कल अंदर, चीनी गटर के पेट के अंदर, दमादम मस्कल अंदर, केला बंदर के पेट के अंदर। मम्मा बोलती है दमादम मस्कल अंदर, डंडा मेरे हाथ के अंदर। तुसी क्यों हंस रहे हैं? इधर एडा बड़ा भाई नसा नहीं देना मैं। ਸੈਲਫੀ ਲੈ ਲਈਏ ਇੱਕ।
ਤੇ ਲੈ ਲਾ ਮੈਨੂੰ ਕੀ ਕਹਿਣਾ ਇਕੱਠੇ ਲੈਣੀ ਆ ਨਾ ਅਸੀਂ ਦੋਨਾਂ ਨੇ ਮੈਂ ਮੈਨੂੰ ਚਾਹੀਦੀ ਨੀ ਕਿਉਂ ਮੈਨੂੰ ਜ਼ਰੂਰਤ ਹੀ ਨੀਗੀ ਕਿਉਂ ਤੈਨੂੰ ਜ਼ਰੂਰਤ ਆ ਆਹੋ ਤੂੰ ਲੈ ਲਾ ਅਸੀਂ ਦੋਨੋਂ ਲੈਣੇ ਮੈਂ ਨਹੀਂ ਨਾ ਲੈਣੀ ਭਾਈ ਉਹ ਉਂਝ ਵੀ ਮੈਂ ਇਕੱਲਾ ਹੀ ਲੈਣੀ ਹੈ ਤੁਸੀਂ ਆਉਣਾ ਕਿਹੜਾ ਕੈਮਰੇ 'ਚ ਤੇ ਮੈਂ ਤੇ ਫਿਰ ਲੈ ਲਾ ਉੱਥੇ ਲੈਣ ਲੱਗਾ ਤੇ ਲੈ ਲਾ ਉੱਥੋਂ ਅੱਜ ਕੋਲ ਲੈ ਲਾ ਮੈਂ ਇੱਥੇ ਲੈਣੀ ਸੀ ਤੁਸੀਂ ਆ ਗਏ ਹੋ ਵਿੱਚ ਅੱਛਾ ਚੱਲ ਕਹੀਏ ਮੈਂ ਭੈਣ ਤੁਹਾਡੀ ਇੱਕ ਤਸਵੀਰ ਖਿੱਚਣੀ ਹੈ ਮੈਂ ਤੁਹਾਡੇ ਨਾਲ ਇੱਕ ਸੈਲਫੀ ਲੈਣੀ ਨਹੀਂ ਮੈਨੇ ਆਪਕੇ ਸਾਥ ਇੱਕ ਸੈਲਫੀ ਲੈਣੀ ਇਹ ਕਹਤੇ ਹੋ ਯਾ ਹਾਂ ਕਿਹੜਾ ਭਲਾ ਚੱਲ ਤੂੰ ਕਹਿਣਾ ਵਾ ਸਵਾਲ ਦਾ ਜਵਾਬ ਤੂੰ ਕਹਿਣਾ ਪੰਜ ਵਾਰੀ ਤੂੰ ਕਹਿਣਾ ਪੰਜ ਵਾਰੀ ਰਿਪੀਟ ਕਰਨਾ ਲਾਲ ਲਾ ਸਵਾਲ ਤੇ ਸੁਣ ਲਾ ਠੀਕ ਹੈ ਠੀਕ ਹੈ ਲਾਲ ਲਾਰੀ ਪੀਲੀ ਲਾਰੀ ਲਾਰੀ ਯਾਨੀ ਬੱਸ ਠੀਕ ਹੈ ਯਾਨੀ ਕੋਈ ਵੀ ਟਰਾਂਸਪੋਰਟ ਠੀਕ ਹੈ ਲਾਲ ਲਾਰੀ ਪੀਲੀ ਲਾਰੀ ਲਾਲ ਲਾਰੀ ਪੀਲੀ ਪੀਲੀ ਲਾਰੀ ਪੰਜ ਦਫਾ ਕਹਿਣਾ ਚੱਲ ਲਾਲ ਲਾਰੀ ਪੀਲੀ ਲਾਰੀ ਲਾਲ ਲਾਰੀ ਪੀਲੀ ਲਾਰੀ ਲਾਲ ਲਾਰੀ ਪੀਲੀ ਲਾਰੀ ਬਾਰਾ ਲਾਲ ਲਾਰੀ ਪੀਲੀ ਲਾਰੀ ਹੈ ਨਹੀਂ ਲਾਲ ਲਾਰੀ ਪੀਲੀ ਲਾਰੀ ਏਦਾਂ ਨਹੀਂ ਲਾਲ ਲਾਰੀ ਪੀਲੀ ਲਾਰੀ ਲਾਲ ਲਾਰੀ ਪੀਲੀ ਲਾਰੀ ਲਾਲ ਲਾਰੀ ਪੀਲੀ ਲਾਰੀ ਪ੍ਰੋਨਾਉਂਸੀਏਸ਼ਨ ਕਲੀਅਰ ਨਹੀਂ ਐਸੇ ਕਰ ਯੇ ਦੇਖ ਇੱਧਰ ਦੇਖ ਲਾਲ ਲਾਰੀ ਪੀਲੀ ਲਾਰੀ ਲਾਲ ਲਾ ਇਸ ਥੋੜਾ ਜਿਹਾ ਮਲੰਗ ਬਣ ਜਾ ਨਹੀਂ ਨਹੀਂ ਜ਼ਰਾ ਥੋੜਾ ਉਸਕੋ ਜੋੜ 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 ਕੇ ਕਹਿ ਲਾਲ ਲਾਰੀ ਪੀਲੀ ਲਾਰੀ ਲਾਲ ਲਾਰੀ ਪੀਲੀ ਲਾਰੀ ਲਾਲ ਲਾਰੀ ਪੀਲੀ ਲਾਰੀ ਲਾਲ ਲਾਰੀ ਪੀਲੀ ਲਾਰੀ ਲਾਲ ਲਾਰੀ ਰੈਡ ਲੋਰੀ ਯੈਲੋ ਲੋਰੀ ਰੈਡ ਲੋਰੀ ਯੈਲੋ ਲੋਰੀ ਰੈਡ ਲੋਰੀ ਯੈਲੋ ਲੋਰੀ ਰੈਡ ਰੈਡ ਲੋਰੀ ਯੈਲੋ ਲੋਰੀ ਰੈਡ ਲੋਰੀ ਲੈਡ ਰੈਡ ਲੋਰੀ ਰੈਡ ਲੋਰੀ ਲੈਡ ਲੋਰੀ ਯੈਲੋ ਲੋਰੀ ਯੈਲੋ ਲੋਰੀ ਹਾਂ ਰੈਡ ਲੂਰੀ ਲੂਰੀ ਮੇਰੀ ਫਰੈਂਡ ਹੈ ਰੂਰੀ ਨਾ ਮੈਂ ਇਸਕਾ ਨਾਮ ਬਾਰ ਬਾਰ ਆ ਰਹਾ ਹੈ ਤੁਹਾਡੀ ਫਰੈਂਡ ਰੂਰੀ ਹੈ ਰੂਰੀ ਹੈ ਉਹ ਇੰਡੋਨੇਸ਼ੀਆ ਸੀ ਉਸਕਾ ਨਾਮ ਹੈ ਨਾ ਤੁਸੀਂ ਇੰਡੋਨੇਸ਼ੀਆ ਸੀ ਹਾਂ ਇਸਕਾ ਨਾਮ ਹੈ ਅੱਛਾ ਚਲ ਵੀ ਆਖਰੀ ਵਾਰ ਟਰਾਈ ਕਰ ਰੈਡ ਲਾਰੀ ਐ ਲਾਲ ਲਾਰੀ ਪੀਲੀ ਲਾਰੀ ਭਰਾਵਾ ਤੇਰਾ ਨਾਂ ਕੀ ਹੈ ਅਵੈਸ ਫੀਸ ਮੇਰਾ ਨਿਕਨੇਮ ਲੱਕੀ ਹੈ ਅਵੈਸ ਲੱਕੀ ਲੱਕੀ ਤੇਰਾ ਆਇਆ ਤੂੰ ਇਸ ਤਰ੍ਹਾਂ ਅਨਲੱਕੀ ਜਾ ਰਿਹਾ ਬਿਲਕੁਲ ਪੰਜ ਮਿੰਟ ਤੋਂ ਹਾਂ ਤੈਨੂੰ 1000 ਰੁਪਇਆ ਦੇਵਾਂਗਾ ਪੰਜ ਵਾਰੀ ਕਹਿ ਸਪੀਡ 'ਚ ਲਾਲ ਲਾਰੀ ਪੀਲੀ ਲਾਰੀ ਲਾਲ ਲਾਰੀ ਪੀਲੀ ਲਾਰੀ ਲਾਲ ਲਾਰੀ ਪੀਲੀ ਲਾਰੀ ਲਾਲ ਲਾਰੀ ਪੀਲੀ ਲਾਰੀ ਪਾਗਲ ਮੈਂ ਪੀਲੀ ਲਾਲੀ ਤੂੰ ਪੀਲੀ ਲਾਲੀ ਨਹੀਂ ਤੂੰ ਰਹਿਣ ਦੇ ਏਡਾ ਸ਼ੋਖਾ ਤੂੰ ਪਹਿਲੇ ਤੂੰ ਖਰਾਬ ਕਹਿ ਰਿਹਾ 1000 ਦਾ ਸੁਣ ਕੇ ਨਾਲ ਚੱਲ ਸਪੀਡ ਚ ਓਕੇ ਚਲੋ ਜੀ ਲਾਲ ਲਾਰੀ ਪੀਲੀ ਲਾਰੀ ਸਪੀਡ ਚ ਕਹਿਣਾ ਚੱਲ ਲਾਲ ਲਾਰੀ ਪੀਲੀ ਲਾਰੀ ਲਾਲ ਲਾਰੀ ਪੀਲੀ ਲਾਰੀ ਲਾਲ ਲਾਰੀ ਪੀਲੀ ਲਾਰੀ ਲਾਲ ਲਾਰੀ ਪੀਲੀ ਲਾਰੀ ਲਾਲੀ ਲਾਰੀ ਲਾਲੀ ਸ਼ੁਕਰ ਹੈ ਸ਼ੁਕਰ ਹੈ ਨਿਕਲੋ ਓਏ ਉਹ ਲਾਗੇ ਲਾਗੇ ਪਹੁੰਚਣ ਲੱਗ ਪਿਆ ਨਿਕਲੋ ਆਪਣੇ ਕਹਿਣਾ ਹੈ ਪੰਜ ਵਾਰ ਰੈਡ ਰੈਡ ਲਾਰੀ ਪੀਲੀ ਲਾਰੀ ਰੈਡ ਲਾਰੀ ਪੀਲੀ ਲਾਰੀ ਰੈਡ ਲਾਰੀ ਪੀਲੀ ਪੀਲੀ ਲਾਰੀ ਯਾਰ ਇਹ ਮਜ਼ਾ ਆਏਗਾ ਭਾਈ ਭਾਈ ਦੇਖੋ ਮੇਰੀ ਬਾਤ ਸੁਣੋ ਮੈਂ ਸਾਹਿਬ ਨਾਦਰੀਨ ਕੋ ਵੀ ਬਤਾਓ ਅਗਰ ਮੈਂ ਇਸ ਤਰ੍ਹਾਂ ਦਾ ਸਵਾਲ ਕਰਤਾ ਹੂੰ ਤੋ ਆਪ ਗਲਤ ਕਹੇਂਗੇ ਤੋ ਹੰਸੀ ਆਏਗੀ ਨਾ ਇਹ ਮੈਂ ਸਵਾਲ ਕਿਉਂ ਕਰਤਾ ਇਸ ਤਰ੍ਹਾਂ ਕੇ ਮੁਸ਼ਕਿਲ ਤਾਂ ਕਿ ਆਪਕੀ ਜ਼ੁਬਾਨ ਫਿਸਲੇ ਕੁਝ ਹੋਰ ਨਿਕਲੇ ਤੋ ਲਾਫਟਰ ਆਏ ਯੈਸ ਅਬ ਲੋਕ ਕੀ ਕਰਤੇ ਲੋਕ ਰੈਡ ਲਾਰੀ ਪੀਲੀ ਸਲੋ ਸਲੋ ਵਾਹ ਕੋ ਠੀਕ ਕਹਿਣੇ ਸੇ ਤਾਂ ਮਜ਼ਾ ਨਹੀਂ ਆਏਗਾ ਉਹ ਕਰੈਕਟ ਕਰਨੇ ਕੋਸ਼ਿਸ਼ ਕਰ ਅਬ ਆਪ ਆਪਨੇ ਫਲੋ ਮੈਂ ਕਹਿਣਾ ਜੋ ਮੂਹ ਸੇ ਨਿਕਲਦਾ ਨਿਕਲਦਾ ਜਾਏ ਪੰਜ ਵਾਰ ਪੂਰਾ ਕਰਨਾ ਹੈ ਆਪਨੇ ਰੈਡ ਲਾਰੀ ਪੀਲੀ ਲਾਰੀ ਰੈਡ ਲਾਰੀ ਪੀਲੀ ਲਾਰੀ ਰੈਡ ਲਾਰੀ ਪੀਲੀ ਲਾਰੀ ਰੈਡ ਲਾਰੀ ਪੀਲੀ ਲਾਰੀ ਯਾਰ ਸਰ ਇਹ ਦੇਖੋ ਇਹ ਹੁੰਦਾ ਜੇ ਬਚਪਨ ਦਾ ਮਜ਼ਾ ਇਹਨੂੰ ਕਹਿੰਦੇ ਬਚਪਨ ਯੇ ਦੇਖ ਜ਼ਰਾ ਕੌਣ ਖਾਤਾ ਦਿਖਾ ਬੱਚੇ ਕੋ ਸਰ ਯੇ ਦੇਖ ਇਸੇ ਕਹਤੇ ਹੈ ਬਚਪਨ ਬਚਪਨ ਇਸੇ ਕਹਤੇ ਹੈ ਵੋ ਦੌਰ ਜਬ ਕੋਈ ਜ਼ਿੰਦਗੀ ਦੀ ਟੈਨਸ਼ਨ ਕੋਈ ਟੈਨਸ਼ਨ ਨਾ ਕੱਪੜੇ ਗੰਦੇ ਹੋਣੇ ਕੀ ਟੈਨਸ਼ਨ ਵਾ ਬਸ ਸਰ ਕੱਪੜੇ ਗੰਦੇ ਹੋਣ ਤੇ ਉਹ ਇਦਾਂ ਦੀਆਂ ਤੇ ਮਸ਼ਹੂਰੀਆਂ ਲੱਭਦੇ ਨੇ ਟੀਵੀ ਵਾਲੇ ਜਾਣ ਗੈਂਜ ਕਰਕੇ ਚਾਹ ਪਾ ਕੇ ਉਹ ਹੋਈਏ ਕਿ ਕੀ ਮੈਂ ਬਹੁਤ ਪਰੇਸ਼ਾਨ ਹਾਂ ਫਿਰ ਮੇਰੀ ਹਮਸਾਈ ਨੇ ਮਸ਼ਵਰਾ ਦਿਆ ਕਿ ਇਹਨੂੰ ਹੁਣ ਪੋਚੇ ਵਾਸਤੇ ਲਾ ਲਾ ਉੱਥੋਂ ਨਵੀਂ ਲੈ ਆਇਆ ਨਵੀਂ ਲੈ ਹਾਂ ਇਹ ਨਹੀਂ ਸਾਫ਼ ਹੋਣਾ ਅੱਛਾ ਸਰ ਤੁਸੀਂ ਮੈਨੂੰ ਕੋਈ ਸਵਾਲ ਕਰੋ ਅੱਛਾ ਮੈਂ ਤੁਹਾਨੂੰ ਕਹਾਂਗਾ ਪਿੱਛੇ ਲਿਖਿਆ ਬਾਹਰ ਜਾਣੇ ਦੇ ਰਾਸਤੇ ਦਾ ਮਤਲਬ ਕੀ ਹੈ ਤੁਸੀਂ ਕਹਿਣਾ ਮਤਲਬ ਕਿ ਇਹਦੇ ਅੰਦਰ ਜਾਣਾ ਇਹਦੇ ਵੀ ਜਾਣਾ ਯਾਨੀ ਪੁੱਠਾ ਦੱਸਣਾ ਅੱਛਾ ਭਾਣਾ ਦੱਸੋ ਇਹ ਲਿਖਿਆ ਬਾਹਰ ਜਾਣੇ ਦਾ ਰਾਸਤਾ ਇਹਦਾ ਕੀ ਮਤਲਬ ਆ ਇਹ ਅੰਦਰ ਜਾਣਾ ਹੈ ਇਧਰੋਂ ਦੀ ਅੰਦਰ ਜਾਣਾ ਇਹਦੇ ਅੰਦਰ ਜਾ ਉਹ ਭਾਣ ਕਹਿ ਰਹੇ ਨੇ ਇਧਰੋਂ ਦੀ ਬਾਹਰ ਹੋਣਾ ਨਹੀਂ ਉਹ ਗਲਤ ਕਹਿ ਰਹੇ ਨੇ ਇਧਰੋਂ ਅੰਦਰ ਜਾਣਾ ਇਹ ਦੇਖੋ ਜ਼ਰਾ ਇਹ ਆਊਟ ਗੇਟ ਲਿਖਿਆ ਮੌਲਵੀ ਸਾਹਿਬ ਝੂਠ ਨਾ ਮਾਰਨਾ ਠੀਕ ਹੈ ਯਾਦ ਰੱਖਣਾ ਇਹ ਸੁਣਨਾ ਤੇ ਝੂਠ ਮਾਰਨਾ ਬਾਹਰ ਆਣੇ ਕਰਾ ਆਊਟ ਗੇਟ ਲਿਖਿਆ ਹੋਇਆ
ਨਹੀਂ ਜਾ ਸਕਦੇ ਜਾ ਲੈਂਦੇ ਹੋ ਚਲੇ ਜਾਓ ਭਾਈ ਪਤਾ ਕੀ ਗੱਲ ਆ ਹੱਸਦੇ ਵੱਸਦੇ ਖੁਸ਼ ਰਿਹਾ ਕਰੋ ਅਸੀਂ ਤੁਹਾਡਾ ਮਜ਼ਾਕ ਕਰ ਰਹੇ ਸਾਂ ਤੁਸੀਂ ਮੇਰਾ ਸ਼ੋ ਹੁੰਦਾ ਕਿ ਇਹਦੇ ਚ ਤੁਸੀਂ ਭੁੱਲ ਜਾਓ ਸਾਰਾ ਕੁਛ ਪੁੱਠੀਆਂ ਪੁੱਠੀਆਂ ਗੱਲਾਂ ਇਹ ਕੀ ਲਿਖਿਆ ਅੰਦਰ ਜਾਣ ਦਾ ਰਸਤਾ ਬਾਹਰ ਜਾਣੇ ਦਾ ਰਸਤਾ ਅੰਦਰ ਜਾਣ ਦਾ ਨਹੀਂ ਤੁਸੀਂ ਕਹਿਣਾ ਅੰਦਰ ਜਾਣ ਦਾ ਅੰਦਰ ਜਾਣ ਦਾ ਨਹੀਂ ਮੈਂ ਕਹਿਣਾ ਕੀ ਕਰ ਰਹੇ ਇਧਰ ਅੱਛਾ ਕਿਆ ਲਗਾ ਆਪਕੋ ਮੁਝੇ ਤੋ ਐਸੇ ਲਗਾ ਜੈਸੇ ਚਿੜੀਆ ਘਰ ਘਰ ਹੀ ਆ ਗਿਆ ਕੋਈ ਐਸਾ ਚੱਕਰ ਹੀ ਨਹੀਂ ਰਿਹਾ ਕੋਈ ਜਾਨਵਰ ਹੀ ਨਹੀਂ ਕੋਈ ਜੇ ਹੈ ਜਿਹੜੇ ਹੈ ਨੇ ਉਹ ਵੀ ਸੁੱਤੇ ਨੇ ਵਿਚਾਰੇ ਹੋਸ਼ ਹੈ ਗਰਮੀ ਦੀ ਰਾਤ ਸ਼ਾਇਦ ਅੱਛਾ ਉਹਨਾਂ ਨਾਲ ਵੇਖ ਵੇਖ ਕੇ ਮੈਨੂੰ ਵੀ ਨੀਂਦ ਆਉਣ ਲੱਗ ਪਈ ਹਾਂ ਸ਼ਾਇਦ ਗਰਮੀ ਦੀ ਰਾਤ ਹੈ ਅੱਛਾ ਅੱਛਾ ਸਰ ਇਹ ਬਤਾਏ ਜੀ ਜੀ ਇੱਕ ਹੱਥ ਹੈ ਜੀ ਜੀ ਉਸਕੀ ਚਾਰ ਉਂਗਲੀਆਂ ਅੰਗੂਠਾ ਜੈਸੇ ਹੋਤਾ ਹੈ ਆਪਕਾ ਠੀਕ ਹੋ ਗਿਆ ਜਾਨ ਦਾ ਜਾਨ ਨਹੀਂ ਹੈ ਸਹੀ ਹਿਲਤਾ ਵੀ ਹੈ ਠੀਕ ਹੈ ਚੀਜ਼ ਕੋ ਪਕੜਤਾ ਵੀ ਹੈ ਹਿਲਤਾ ਵੀ ਹੈ ਕੈਸੇ ਰਬੜ ਕਾ ਹੋਣਾ ਹੈ ਹੱਥ ਹੈ ਅੰਗੂਠਾ ਵੀ ਨਹੀਂ ਹੈ ਅੰਗੂਠਾ ਵੀ ਹੈ ਜੀ ਜੀ ਚਾਰ ਉਂਗਲੀਆਂ ਇੱਕ ਅੰਗੂਠਾ ਵੀ ਹੈ ਠੀਕ ਹੋ ਗਿਆ ਔਰ ਜਾਨ ਨਹੀਂ ਹੈ ਉਸ ਵਿੱਚ ਜੀ ਜੀ ਬੇਜਾਨ ਹੈ ਸਹੀ ਲੇਕਿਨ ਹਿਲਤਾ ਵੀ ਹੈ ਨਾਰਮਲ ਹੱਥ ਦੀ ਤਰ੍ਹਾਂ ਪਲਾਸਟਿਕ ਕਾ ਹੋਗਾ ਪਾਸ ਪਾਸ ਪਹੁੰਚ ਗਏ ਆਪ ਅੱਛਾ ਥੋੜਾ ਔਰ ਜ਼ਰਾ ਜ਼ੇਨ ਪੇ ਜ਼ੋਰ ਡਾਲੇ ਜਾਨੀ ਭਾਈ ਕਾ ਹੀ ਹੋਗਾ ਨਹੀਂ ਭਾਈ ਮੇਰੇ ਆਪਣੇ ਤੋਂ ਜਾਣ ਹੈ ਭਾਈ ਜਾਨ ਉਹ ਹੈ ਦਸਤਾਨਾ 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 ਨਹੀਂ ਹੁੰਦਾ ਜੀ ਜੀ ਹੈ ਨਾ ਉਸਕੋ ਹੱਥ ਪੇ ਆਪ ਚੜਾ ਲੋ ਰਬੜ ਕਾ ਹੋਤਾ ਹੈ ਰਬੜ ਕਾ ਨਹੀਂ ਨਾ ਹੁੰਦਾ ਭਾਈ ਜਾਨ ਉਹ ਤਾਂ ਸੂਤੀ ਵੀ ਹੁੰਦਾ ਹੈ ਉਹ ਕਾਟਨ ਕਾ ਵੀ ਹੁੰਦਾ ਹੈ ਚਮੜੇ ਕਾ ਵੀ ਹੁੰਦਾ ਹੈ ਰਬੜ ਰਬੜ ਕਾ ਨਹੀਂ ਹੁੰਦਾ ਅੱਛਾ ਆਪਨੇ ਕਹਿਣਾ ਹੈ ਲਾਰੀ ਨਹੀਂ ਹੁੰਦੀ ਬਸ ਜੀ ਜੀ ਲਾਰੀਆਂ ਜੀ ਜੀ ਰੈੱਡ ਲਾਰੀ ਪੀਲੀ ਲਾਰੀ ਠੀਕ ਹੈ ਕਹੇ ਰੈੱਡ ਲਾਰੀ ਪੀਲੀ ਲਾਰੀ ਪੰਜ ਵਾਰ ਕਹਿਣਾ ਤੇਜ਼ ਲਾਰੀ ਪੀਲੀ ਲਾਰੀ ਰੈੱਡ ਲਾਰੀ ਪੀਲੀ ਲਾਰੀ ਰੈੱਡ ਲਾਰੀ ਪੀਲੀ ਲਾਰੀ ਲਾਲੀ 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 ਪਾ ਲਈਏ ਨਹੀਂ ਰੈੱਡ ਲਾਰੀ ਪੀਲੀ ਲਾਰੀ ਰੈੱਡ ਲਾਰੀ ਪੀਲੀ ਲਾਰੀ ਕਲੀਅਰ ਕਹੇ ਉਂਚੀ ਪੰਜ ਵਾਰ ਆਪ ਕਹਿ ਕੇ ਦਿਖਾਇਆ ਰੈੱਡ ਲਾਰੀ ਪੀਲੀ ਲਾਰੀ ਰੈੱਡ ਲਾਰੀ ਪੀਲੀ ਲਾਰੀ ਐਸੇ ਤੁਹਾਡਾ ਵੀ ਪੀਲੀ ਲਾਲੀ ਲਾਲੀ ਮੇਰਾ ਕਲੀਅਰ ਤੇ ਹੈ ਨਾ ਤੁਸੀਂ ਫੈਸਲਾ ਬਾਜੀ ਮੈਂ ਅਗਰ ਗਲਤ ਹੋ ਨਾ ਤੇ ਮੈਂ ਕਲੀਅਰ ਗਲਤ ਹੋ ਨਾ ਤੁਸੀਂ ਮੂੰਹ ਦੇ ਵਿੱਚ ਹੀ ਕਹਿ ਜਾਂਦੇ ਰੈੱਡ ਲਾਰੀ ਪੀਲੀ ਲਾਰੀ ਰੈੱਡ ਲਾਰੀ ਪੀਲੀ ਲਾਰੀ ਲਾਲੀ ਨਹੀਂ ਹਾਂਜੀ ਲਾਰੀ ਰੈੱਡ ਲਾਰੀ ਪੀਲੀ ਲਾਰੀ ਰੈੱਡ ਲਾਰੀ ਪੀਲੀ ਲਾਰੀ ਰੈੱਡ ਲਾਰੀ ਪੀਲੀ ਲਾਰੀ ਤਿੰਨ ਵਾਰੀ ਹੈ ਚਲੋ ਦੋ ਪੱਲੇ ਪਾ ਲਓ ਪੱਲੇ ਪਾ ਲਓ ਬਹੁਤ ਸ਼ੁਕਰੀਆ ਸਰ ਬਹੁਤ ਸ਼ੁਕਰੀਆ ਥੈਂਕ ਯੂ ਲਓ ਜੀ ਨਾਦਰੀਨ ਰੈੱਡ ਲਾਰੀ ਪੀਲੀ ਲਾਰੀ ਰੈੱਡ ਲਾਰੀ ਪੀਲੀ ਲਾਰੀ ਨਾਦਰੀਨ ਇੱਕ ਬ੍ਰੇਕ ਤੋਂ ਬਾਅਦ ਦੁਬਾਰਾ ਲਾਰੀ ਆਉਣੀ ਪੀਲੀ ਲਾਰੀ ਰੈੱਡ ਲਾਰੀ ਪੀਲੀ ਲਾਰੀ ਬ੍ਰੇਕ ਜਾਓ ਰੈੱਡ ਲਾਰੀ ਪੀਲੀ ਲਾਰੀ ਰੈੱਡ ਲਾਰੀ ਪੀਲੀ ਲਾਰੀ ਵੈਲਕਮ ਬੈਕ ਨਾਦਰੀਨ ਪ੍ਰੋਗਰਾਮ 'ਚ ਦੁਬਾਰਾ ਖੁਸ਼ ਆਮਦੀਦ ਔਰ ਤਬਲਾ ਸੋਰ ਹੋ ਰਿਹਾ ਨਾਦਰੀਨ ਕਿੱਦਾਂ ਕਰੀ ਇਹ ਨਾਦਰੀਨ ਹੈ ਵੀ ਇਹਦੇ ਨਾਲ ਸੋਰ ਹੁੰਦਾ ਦੇਖਣਾ ਤਰਾ ਐ ਕਈ ਕਰੈਕਟਰ ਉਹਨਾਂ ਨੂੰ ਤਬਲਾ ਤੇ ਵਜਾਉਣਾ ਹੁੰਦਾ ਪਰ ਸੁਰ ਨਹੀਂ ਕਰਨਾ ਹੁੰਦਾ ਉਹ ਸੁਰ ਕਰਾਉਣ ਵਾਸਤੇ ਪਹਿਲੇ ਰਕਸ਼ੇ 'ਚ ਕਿਸੇ ਕੋ ਜਾਂਦੇ ਖਾਨ ਸਾਹਿਬ ਯਾਰ ਸੁਰ ਕਰ ਦਿਓ ਮੇਰਾ ਪ੍ਰੋਗਰਾਮ ਆਇਆ ਐਸੇ ਵੀ ਕਰੈਕਟਰ ਮੈਂ ਦੇਖੇ ਨੇ ਸੁਰ ਕਿਸੇ ਕੋ ਕਰਾ ਕੇ ਕਰੋ ਫਿਰ ਜਾ ਰਹੇ ਨੇ ਪ੍ਰੋਗਰਾਮ 'ਤੇ ਸਾਡੇ ਜ਼ਮਾਨੇ 'ਚ ਨਾ ਸੱਸੇ ਜ਼ਮਾਨੇ ਹੈਗੇ ਸੀ ਅਤੇ ਦੁਕਾਨ ਤੋਂ ਨਾ ਤਬਲਾ ਬਣਾਉਣ ਵਾਸਤੇ ਗਿਆ ਉਹ ਕਹਿੰਦੇ ਬਾਈ ਮੈਨੂੰ 6 ਮਹੀਨੇ ਵਾਸਤੇ ਬਣਾਉਣ ਬੈਲ ਕੇ 6 ਮਹੀਨੇ ਵਾਸਤੇ ਇਕੱਠੇ ਹੀ ਮੇਲਦੇ ਲੱਖੇ ਨਾ ਚੜੇ ਨਾ ਹੈ ਵਾਹ ਮਤਲਬ ਪਾਸਵਰਡ ਲਾ ਦੇ ਇਹਨੂੰ ਜੋੜ ਕੇ ਨਾ ਉੱਤੇ ਪਾਸਵਰਡ ਆਹੋ ਵਾਹ ਵਾਹ ਅੱਛਾ ਖਾਨ ਸਾਹਿਬ ਇੱਕ ਬੜੀ ਬੜੀ ਸੀਰੀਅਸ ਮੈਂ ਤੁਹਾਨੂੰ ਸਵਾਲ ਕਰਨ ਲੱਗਾ ਬੜਾ ਦੁਖੀ ਇਹ ਤੁਹਾਡੇ ਨਾਲ ਕੀ ਕਰਦਾ ਵਾ ਨਹੀਂ ਨਹੀਂ ਮਤਲਬ ਇਹ ਪਾਰਟੀ 'ਚ ਐਜ਼ ਏ ਕੀ ਆ ਚੁਕਨਾਈਜ਼ਰ ਮਤਲਬ ਇੱਕ ਉਦੋਂ ਦਾ ਮੈਂ ਦੇਖਿਆ ਕੁਛ ਨਹੀਂ ਕਰ ਰਿਹਾ ਨਾ ਕੋਈ ਜੁਗਤ ਅੱਛੀ ਕਰ ਰਿਹਾ ਨਾ ਵਾਜਾ ਵਜਾ ਰਿਹਾ ਨਾ ਤਬਲਾ ਨਾ ਗਾ ਰਿਹਾ ਇਹ ਕਿਉਂ ਰੱਖਿਆ ਤੁਸੀਂ ਇਹ ਤੁਹਾਡਾ ਕਰਨ ਲਈ ਇੱਕ ਪਾਸੇ ਸਵਾਰੀਆਂ ਵੱਜ ਜਾਣੇ ਇਹਨੂੰ ਰੱਖ ਕੇ ਪੂਰਾ ਕਰ ਲਿਆ ਤੁਸੀਂ ਤੂੰ ਕਿਉਂ ਆ ਮੈਂ ਨਹੀਂ ਤੂੰ ਇਸ ਪਾਰਟੀ 'ਚ ਕੀ ਐਜ਼ ਏ ਦੇਖ ਨਾ ਇਹ ਤਬਲਾ ਵਜਾ ਰਹੇ ਨੇ ਸਰਗਮ ਪੱਟਾ ਵੀ ਕੀਤਾ ਗਾ ਰਹੇ ਨੇ ਉਹ ਉਹਨਾਂ ਦੇ ਪਿੱਛੇ ਬੈਠੇ ਨੇ
ਖਾਨ ਸਾਹਿਬ ਦਾ ਤਾਂ ਖੈਰ ਛੱਡ, ਤੂੰ ਉਹ ਦੇਖੋ ਉਹਨਾਂ ਨੇ ਵੀ ਵਾਜਾ ਪਹਿਲੇ ਵਜਾਇਆ, ਤੂੰ ਕੀ ਕਰਦਾ ਇਸ ਪਾਰਟੀ 'ਚ? ਮੈਂ ਹਾਈ ਸਾਹਿਬ ਦੇ ਪਿਆਰ ਵਾਸਤੇ ਇੱਥੇ ਹਾਂ ਅਤੇ ਉਹਨਾਂ ਦੇ ਨਾਲ ਮਾੜਾ ਮੋਟਾ ਗਾਣਾ ਗਾਣਾ ਤੂੰ ਹਾਂਜੀ ਤੂੰ ਮੈਨੂੰ ਆਫੜ ਕੁਛ ਚੀਜ਼ ਸੁਣਾ ਕੋਈ। ਤੁਸੀਂ ਵੈਸੇ ਕਿੰਨਾ ਨੂੰ ਮੰਨਦੇ ਹੋ ਸਿੰਗਰੀ 'ਚ? ਸਿੰਗਰੀ 'ਚ ਸਿੰਗਰੀ 'ਚ ਮੈਂ ਬਹੁਤ ਸਾਰੇ ਖਾਨ ਸਾਹਿਬ ਨੁਸਰਤ ਨੂੰ ਮੰਨਦਾ, ਰਫੀ ਸਾਹਿਬ ਨੂੰ, ਰਫੀ ਸਾਹਿਬ ਨੂੰ, ਮੁਹੰਮਦ ਰਫੀ ਸਾਹਿਬ, ਅਨਵਰ ਰਫੀ ਸਾਹਿਬ, ਅਨਵਰ ਨਹੀਂ ਮੁਹੰਮਦ ਰਫੀ, ਅਨਵਰ ਰਫੀ ਇੱਥੇ ਦਾ ਵਾ, ਮੁਹੰਮਦ ਮੁਹੰਮਦ ਰਫੀ, ਮੁਹੰਮਦ ਰਫੀ ਤੋਂ ਬਾਅਦ ਨੇ ਅਨਵਰ ਮਸੀਹ, ਇਹ ਜਿਹੜੇ ਸਾਡੇ ਹੋਸਟ ਨੇ ਮਾਸ਼ਾਅੱਲਾ ਬੜੇ ਪਿਆਰ ਵਾਲੇ ਨੇ। ਚਲੋ ਤੇ ਕੀ ਉਹ ਕੀ ਕੋਈ ਗਲਤ ਜਾਨੀ ਸਾਹਿਬ ਕੋ ਗਲਤ ਗੱਲ? ਅਨਵਰ ਮਸੀਹ ਸਾਹਿਬ ਹਾਂ ਜੀ ਬਿਸਮਿਲਲਾ ਚੱਲ ਜੀ, ਮੈਂ ਇਹਨਾਂ ਦੇ ਨਹੀਂ ਨਹੀਂ ਤੂੰ ਇਕੱਲੇ ਨੇ ਗਾਉਣਾ ਵਾ, ਕੋਈ ਨਹੀਂ ਤੇਰੇ ਨਾਲ ਸਾਥ, ਇਹ ਸੁਣਾ ਨਾ ਕਰੋ। ਹਾਂ ਚੱਲ ਸੁਣਾ ਵਾਜੇ ਨਾਲ, ਤੇ ਫਿਰ ਮੈਂ ਵੀ ਗਾ ਲੈਣਾ ਮਾੜਾ ਮੋਟਾ, ਏਦਾਂ ਪਤਾ ਲੱਗੇਗਾ ਨਾ ਤੇਰੇ ਸੁਰ ਦਾ ਸਹੀ। ਚੱਲ ਯਾਰ ਇਸ ਤਰ੍ਹਾਂ ਨਾ ਕਰੋ। ਉਹ ਯਾਰ ਸੁਣਾ, ਮੇਰਾ ਗਲਾ ਨਹੀਂ ਠੀਕ ਹੈਗਾ, ਮੈਂ ਤੁਹਾਨੂੰ ਸੁਣਾ ਦੇਣੀ ਸੀ ਹੁਣੇ, ਤੁਹਾਨੂੰ ਮੈਂ ਸੁਣਾਵਾਂਗਾ, ਬੰਦ ਕਰ ਲਾ ਗਲੇ ਦਾ। ਨਹੀਂ ਮੈਂ ਤੁਹਾਨੂੰ ਹੁਣੇ ਸੁਣਾਵਾਂਗਾ, ਤੇਰਾ ਮੈਨੂੰ ਸੁਣ ਲੈ। ਨਹੀਂ ਯਾਰ ਚੱਲ ਤੂੰ ਰੇਗਿਸਤਾਨ ਚ ਲੁਕਣ ਮੀਟਿੰਗ ਭਾਈ ਜਾਨੀ ਜੇਲਣੇ ਤਾਂ ਗਾਇਬ ਹੋਣ ਦਾ ਸ਼ੌਕ ਹੈ। ਪਾਣੀ ਤੁਹਾਨੂੰ ਮੈਂ ਜਿਹੜੀ ਫੱਕੀ ਨਹੀਂ ਦਿੱਤੀ ਉਹ ਚ ਥੋੜਾ ਪਾਣੀ ਪਾਉਗਣਾ, ਉਹ ਫਿੱਕੀ ਹੋ ਜਾਏਗੀ, ਉਹ ਇਹਨੂੰ ਦੇ ਦਿਓ। ਤੇਰੇ ਮੁਹੱਲੇ ਚ ਕੋਈ ਮਰੇ ਕਰਿਆਨੇ ਦੀ ਦੁਕਾਨ ਨੀ, ਉਹ ਤੂੰ ਚੀਨੀ ਲੈ ਕੇ ਖਾ ਥੋੜੀ। ਸੁਪਰਮੈਨ ਤੇ ਪਿੱਛੇ ਪਰਦਾ ਹੀ ਨਹੀਂ ਹੈਗਾ।
ਸੁਪਰਮੈਨ ਆ ਤੇ ਸਾਰੀ ਉਮਰ ਪੈਦਲ ਹੀ ਫਿਰ ਰਿਹਾ, ਕਿਸੇ ਨੇ ਦੱਸਿਆ ਨਹੀਂ ਵੀ ਉੱਡਦਾ ਵੀ ਹੈ। ਟਾਂਗੇ ਤੇ ਬੈਠਾ, ਕਦੀ ਚਿੰਗਚੀ ਚ ਬੈਠਾ, ਉੱਡਣ ਵਾਲਾ ਪੜਦੇ ਲਈ ਪਿੱਛੇ ਲੱਗਦਾ। ਮਰਨ ਤੋਂ ਇੱਕ ਘੰਟਾ ਪਹਿਲੇ ਕਿਸੇ ਨੇ ਦੱਸਿਆ ਮਰੇ ਇਹਦੇ ਨਾਲ ਉੱਡੀ ਦਾ ਵੀ ਹੈ ਤੇ ਸਾਰੀ ਜ਼ਿੰਦਗੀ ਪੈਦਲ ਹੀ ਕੱਢ ਲਈ। ਕਹਿੰਦਾ ਸੁਪਰਮੈਨ ਸੀ ਉੱਡ ਰਿਹਾ ਤੇ ਮਹਿੰਦੀ ਤੇ ਫਾਇਰਿੰਗ ਹੋ ਰਹੀ ਸੀ ਤੇ ਉੱਥੋਂ ਗੋਲੀ ਵੱਜੀ ਤੇ ਮਰ ਗਏ। ਦਾਦੀ ਭਾਈ ਮੈਂ ਸੱਚੀ ਗੱਲ ਸੁਣਾਉ, ਮੀਆਂ ਯੂਸਫ ਸਲਾਹਉਦੀਨ ਇਹਨਾਂ ਦੇ ਸੀ ਉੱਥੇ ਹਵੇਲੀ 'ਚ ਖਾਨ ਸਾਹਿਬ ਆਜ਼ਾਦ, ਅੱਲਾ ਜਨ ਨਸੀਬ ਕਰੇ, ਅਤੇ ਉਹ ਸੈਨਮੇ 'ਚ ਪ੍ਰੋਗਰਾਮ ਸੀ, ਮੀਆਂ ਸਾਹਿਬ ਦਾ ਸੈਨਮਾ ਹੈ ਅਤੇ ਉਹਦੇ 'ਚ ਪ੍ਰੋਗਰਾਮ, ਅਤੇ ਉਦੋਂ ਦੋ ਦੋ ਪੰਜ ਰੁਪਏ ਵਾਲਾ ਨੋਟ ਲਾ ਲਓ, ਨਹੀਂ ਦੋ ਰੁਪਏ ਵਾਲਾ, ਪੰਜਾਂ ਵਾਲਾ, ਮੇਰੇ ਕੋਲ ਗਲਤੀ ਹੋ ਗਈ। ਅਤੇ ਉਹ ਨਾ ਇਹ ਭਾ ਗੱਦੋ ਦਾ ਨਾਮ, ਅਤੇ ਮੈਂ ਹੁਣ ਤਬਲਾ ਵਜਾਉਣ ਡਿਆ ਅਤੇ ਬੜਾ ਸੋਹਣਾ ਸਟੇਜ ਲੱਗਾ ਅਤੇ ਉਹ ਬੰਦੇ ਲੋਕ ਅਸ ਪੈਸੇ ਸੁੱਟਣ ਡਿਆ, ਅਤੇ ਉਹ ਨਾ ਪੈਸੇ ਸੁੱਟਣ ਅਤੇ ਉਹ ਪੱਖਾ ਚੱਲਣ ਡਿਆ ਸੀ, ਅਤੇ ਉਹ ਪੱਖੇ ਦੇ ਨਾਲ ਨਾ ਸਰਾਰ ਇਸ ਤਰ੍ਹਾਂ ਜਾਣ ਡਿਆ। ਤੈਨੂੰ ਕੱਦੋ ਭਾਈ ਹੁਣ ਖਾਨ ਸਾਹਿਬ ਦੇ ਨਾਲ ਪਿਆਰ ਵੀ ਸੀ ਅਤੇ ਲੇਕਿਨ ਸਾਡੇ ਨਾਲ ਨਹੀਂ ਸੀ ਜਾਂਦੇ, ਹੈ ਮੇਰਾ ਬੜਾ ਪਿਆਰ ਵਾਲਾ, ਅਤੇ ਪਿੱਛੇ ਬੈਠੇ ਅਤੇ ਪੈਸੇ ਚੁੱਕਣ ਡਿਆ, ਉਹ ਇਸ ਤਰ੍ਹਾਂ ਪੈਸੇ ਇਕੱਠੇ ਕਰਨ ਡਿਆ, ਅਤੇ ਖਾਨ ਸਾਹਿਬ ਨੇ ਵੇਖਿਆ ਬਈ ਬਹੁਤ ਬੁਰੀ ਗੱਲ ਆ, ਇਸ ਤਰ੍ਹਾਂ ਕਰਨ ਡਿਆ ਯਾਰ, ਅਤੇ ਹੁਣ ਦੋ ਵਾਰੀ ਦੇਖਿਆ, ਇੱਕ ਵਾਰੀ ਅਤੇ ਕਹਿੰਦੇ ਯਾਰ ਬੈਠ ਜਾ, ਅਤੇ ਹੁਣ ਕੱਦੋ ਖਾਂ ਖਿੱਚ ਕੇ ਕਹਿੰਦਾ ਵੀ ਹੁਣ ਫਿਰ ਉੱਡਣੇ ਬੰਦੇ ਲੈ ਆਓ, ਇਹਦੇ ਮੂਹਰੇ ਚ ਤਕਲੀਫ ਆ ਥੋੜੀ ਜਿਹੀ, ਇਸ ਵੇਲੇ ਤਾਂ ਉੱਡ ਨਹੀਂ ਰਿਹਾ ਸੁਪਰਮੈਨ ਆ। ਹਾਂਜੀ ਇੱਕੋ ਗਲੀ, ਇੱਕੋ ਗਲੀ ਦਾ ਸੁਪਰਮੈਨ ਹੁੰਦਾ ਜੀ, ਉਹ ਆਉਣ ਚਲਾ ਗਿਆ ਤੇ ਆਉਣ ਚਲਾ ਗਿਆ ਬਸ। ਹੈ ਮੱਝ ਹੁੰਦੀ ਆ ਮਰੇ, ਬੱਕਰੀਆਂ ਦਾ ਕਿਹੜਾ ਗੁਜਰ ਹੁੰਦਾ, ਇੱਕੋ ਮੱਝ ਆ ਕੱਟੇ ਵਾਲਾ ਕਹਿ ਦੇ, ਇੱਕੋ ਸੀਟ ਵਾਲਾ ਸਿਨੇਮਾ ਹੁੰਦਾ, ਇੱਕੋ ਕੁਰਸੀ ਵਾਲਾ ਸਿਨੇਮਾ ਹੁੰਦਾ ਬਸ, ਇੱਕ ਟਿਕਟ ਦੇ ਕੇ ਉਹਨਾਂ ਕਹਿ ਜੀ ਫੁੱਲ ਹੋ ਗਿਆ। ਛੋਟਾ ਜਿਹਾ ਬ੍ਰੇਕ ਲੈਣੇ, ਬ੍ਰੇਕ ਤੋਂ ਬਾਅਦ ਦੁਬਾਰਾ ਹਾਜ਼ਰ ਹੁੰਦੇ। ਵੈਲਕਮ ਬੈਕ ਨਾਜ਼ਰੀਨ, ਪ੍ਰੋਗਰਾਮ ਵਿੱਚ ਦੁਬਾਰਾ ਖੁਸ਼ ਆਮਦੀਦ। ਵੈਲਕਮ ਬੈਕ ਨਾਜ਼ਰੀਨ, ਇੰਨਾ ਲੀਲਾ ਨਾਜ਼ਰੀਨ ਨਾਜ਼ਰੀਨ ਆ ਜਾਓ, ਨਹੀਂ ਨਹੀਂ ਵੈਲਕਮ ਬੈਕ ਨਾਜ਼ਰੀਨ, ਪ੍ਰੋਗਰਾਮ ਦੁਬਾਰਾ ਖੁਸ਼ ਆਮਦੀਦ ਚੱਲ ਲੱਗਾ। ਤੁਸੀਂ ਕੀ ਤੁਹਾਡਾ ਆਪਸ ਕੀ ਰਿਸ਼ਤਾ ਸਾਰੇ? ਫੈਮਿਲੀ ਪੂਰੀ। ਬੀਬੀ ਕਿਹੜੀ ਹੈ? ਲਵ ਲੋ ਕਿਹੜੀ ਨਜ਼ਰ ਆਉਂਦੀ ਤੁਹਾਨੂੰ? ਹੈ ਲਵ ਲੋ, ਇਹ ਤੁਹਾਡੀ ਬੀਬੀ ਹੈ? ਹਾਂਜੀ। ਤੁਹਾਨੂੰ ਕਿਸ ਤਰ੍ਹਾਂ ਪਤਾ ਮੇਰੀ ਬੀਬੀ? ਕਿੰਨੇ ਭੈਣ ਕਿਸ ਤਰ੍ਹਾਂ ਤੁਹਾਨੂੰ ਕਿਸ ਪਤਾ ਮੇਰੀ ਬੀਬੀ? ਭੈਣ ਉਹਦੀ ਮੱਥੇ 'ਤੇ ਬਦ ਨਸੀਬੀ ਦੱਸ ਰਹੀ। ਠੀਕ ਹੋ ਗਿਆ, ਠੀਕ ਹੋ ਗਿਆ ਸਵਾਲ। ਕਿਸੇ ਹੋਰ ਬੱਚੇ ਦੇ ਹੱਥ 'ਚ ਗਲਾਸ ਨਹੀਂ ਗਾ, ਇਹ ਛਿਆਂ ਜਣਾਂ ਨੂੰ ਇੱਕੋ ਗਲਾਸ ਇਹਦੇ ਭਾਈ ਨੇ ਲੈ ਕੇ ਦਿੱਤਾ। ਇੱਕ ਬੱਚੇ ਲੈ ਕੇ ਉਹਨੂੰ ਕਹਿਤਾ ਵੀ ਬਾਕੀਆਂ ਨੂੰ ਵੀ ਦੇ। 200 ਰੁਪਈਆ ਸੀ ਮੈਂ ਲੈਤਾ, ਅੱਛਾ ਤੁਸੀਂ ਆਪਣੇ ਵੱਲੋਂ ਖਵਾ ਦੋਗੇ ਤੇ ਖੁਸ਼ ਨਸੀਬ ਹੋਵਾਂਗੇ। ਅੱਛਾ 200 ਰੁਪਈਆ ਤੇ 450 ਬੱਚਾ ਲੈ ਕੇ ਦਿੱਤੇ ਆ ਗਿਆ ਸ਼ਾਇਦ, ਦੇਖ ਲਓ ਫੈਮਿਲੀ ਨੂੰ। ਬਾਜੀ ਮੇਰੀ ਗੱਲ ਸੁਣ, ਇਹ ਕਿੰਨੇ ਬੱਚੇ ਨੇ ਤੁਹਾਡੇ? ਠਹਿਰ ਜਾਓ, ਬੱਚੇ ਕਿੰਨੇ ਨੇ? ਦੋ ਬੱਚੇ ਤੇ ਬਾਕੀ ਇਹ ਭਾਂਜੀ ਹੈ, ਲੇਕਿਨ ਇਹ ਮਰਦ ਹੈ ਆਪਕੇ ਸਾਥ ਇਸ ਵਕਤ ਜੋ ਲੈ ਕੇ ਆਇਆ ਸਭ, ਇਸ ਕੋ ਕਮ ਅਜ਼ ਕਮ 1000 ਦੋ, ਔਰ ਖੜਾ ਵੀ ਕਹਾਂ ਪੇ ਪੈਕੇਜਿਸ ਮਾਲ ਮੇ, ਪੈਕੇਜਿਸ ਮਾਲ ਮੇ, ਕਮ ਅਜ਼ ਕਮ 3-4-5 ਹਜ਼ਾਰ ਲੈ ਹੁਣੇ ਆਏ ਮਾਂ। 6000 ਰੁਪਏ ਖਰਚਤਾ, 6000 ਰੁਪਇਆ ਖਰਚਿਆ ਟਿਕਟਾਂ ਮੇਰੇ ਕੋਲ, ਦਵਾ ਵੀ ਟਿਕਟ। ਉਹ ਟਿਕਟਾਂ ਦੇ ਨਹੀਂ ਖਰਚਿਆ, ਖਾਣ ਪੀਣ ਤੇ ਕੀ ਖਰਚਿਆ? 200 ਰੁਪਏ ਲੈ ਕੇ ਪੈਕੇਜਿਸ ਮਾਲ ਚ ਆ ਗਿਆ ਭਾਈ ਤੂੰ? ਅਸੀਂ ਤੇ ਫਿਲਮ ਵੇਖਣ ਆਏ ਮਾਂ, ਇਹ 200 ਰੁਪਏ ਖਰਚੇ ਤੇਰੀ, ਹੁਣ ਲੋਕੀ ਵੇਖਣਗੇ, ਵੇਖਦੇ ਪਏ, ਵੇਖਦੇ ਪਏ ਫਿਲਮ ਤੇ, ਫਿਲਮ ਚੱਲਦੀ ਪਈ ਏ। ਰਿਸ਼ਤੇਦਾਰ ਆਈਆਂ ਓਪੜਾ, ਓਪਨ ਨਹੀਂ ਓਪੜ, ਓਪੜ ਯੈਸ ਯੈਸ, ਪੰਜਾਬੀ ਚ ਕਹਿੰਦੇ ਓਪੜ, ਯਾਨੀ ਗੈਰ ਬਰਾਦਰੀ, ਗੈਰ ਬਰਾਦਰੀ ਸੇਮ ਆ ਜੀ। ਕੀ ਸ਼ੇਖ? ਸ਼ੇਖ ਬਣਾਤਾ ਤੁਸੀਂ? ਸ਼ਾਹ ਸਾਹਿਬ, ਸ਼ਾਹ ਸਾਹਿਬ, ਅੱਛਾ ਮਾਸ਼ਾਅੱਲਾ, ਫੇਰ ਠੀਕ ਆ। ਲਓ ਜੀ ਸਰ ਥੋੜਾ ਜਿਹਾ ਇੱਥੋਂ ਜਗ੍ਹਾ ਦੇਣਾ ਬਾਜੀ, ਆਪੀ ਤਰ੍ਹਾਂ ਨਸਣ ਨਹੀਂ ਮੈਂ ਦਿੰਦਾ, ਉਹ ਵਿਆਹ ਨਹੀਂ ਕਰਾ ਲਿਆ ਹੁਣ, ਕਿੱਦਾਂ ਨਸਣਾ? ਠੀਕ ਹੋ ਗਿਆ, ਹੁਣ ਨਹੀਂ ਨਸਣਾ, ਠੀਕ, ਹੁਣ ਸਿਰਫ ਉੱਤੇ ਨੂੰ।
ਨੇ ਕਹਿਤਾ ਗਲਤੀ ਨਾਲ ਜ਼ੋਰ ਦੀ ਕਹਿਤਾ ਨਾ ਬੰਦਾ ਕਰ ਲੈਂਦਾ ਹਿਸਾਬ ਨਾਲ ਵੀ ਹੁੰਦਾ ਨਾ ਹਲੇ ਨਹੀਂ ਕਰਨੀ ਇੱਕ ਹੀ ਵਾਰੀ ਆਪਣਾ ਕਿਆ ਰਿਐਕਟ ਹੁੰਦਾ ਆਗੇ ਸੀ ਮੈਂ ਕਿਹਾ ਜਾਨ ਛੱਡੋ ਯਾਨੀ ਤੁਸੀਂ ਦੂਜੀ ਸਹੀ ਕਰਨੀ ਤਾਂ ਮੈਨੂੰ ਫਰਕ ਕਰੋ ਮੈਂ ਨਹੀਂ ਲੈਣਾ ਨਹੀਂ ਉਹ ਉੱਤੇ ਜਾ ਕੇ ਰਹਿਣਾ ਨਾ ਅੱਛਾ ਉਹ ਕਰ ਲੈਣ ਤੁਸੀਂ ਵੀ ਨਾਲ ਰਹੋਗੇ ਲੱਕੀ ਆਦਮੀ ਆ ਤੂੰ ਦੇਖ ਲਵੋ ਐ ਵੈਸੇ ਕਹਿ ਰਹੀ ਹੁਣ ਕਰਨ ਨਹੀਂ ਦੇਣੀ ਇਹਨੇ ਅੱਛਾ ਮੇਰੀ ਗੱਲ ਸੁਣੋ ਹਾਂਜੀ ਇੱਧਰ ਮੂੰਹ ਕਰੋ ਐਕਟਿੰਗ ਕਰਨੀ ਹੈ ਐਕਟਿੰਗ ਵਿਆਹਿਆ ਬੰਦਾ ਵਿਆਹਿਆ ਮਰਦ ਜਿਹੜਾ ਹੁੰਦਾ ਨਾ ਵੈਸੇ ਵੀ ਐਕਟਿੰਗ ਹੀ ਕਰਦਾ ਉਹਦੇ ਗੋਡੇ ਮੈਂ ਫੜ ਲਵਾਂ ਮਤਲਬ ਸਾਰੀ ਜ਼ਿੰਦਗੀ ਐਕਟਿੰਗ ਹੀ ਕਰਦਾ ਬੰਦਿਆਂ ਕੋਈ ਐਕਟਿੰਗ ਕਰਾਓਗੇ ਬੰਦੇ ਗੋਡੇ ਫੜਨਗੇ ਬੁੱਢੀ ਯਾਰ ਉਹ ਵੀ ਕਰੇਗੀ ਨਾ ਤੁਹਾਨੂੰ ਵਾਰੀ ਵਾਰੀ ਕਮਾਉਂਦੇ ਮੇਰੇ ਗੋਡੇ ਫੜੇ ਨਾ ਮੈਂ ਕਿਉਂ ਫੜਨੇ ਕੋ ਬਾਜੀ ਤੁਸੀਂ ਇਹਨੂੰ ਨਾ ਕਿਸੇ ਹੋਰ ਔਰਤ ਦੇ ਨਾਲ ਹੋਟਲ 'ਚ ਰੋਟੀ ਖਾਂਦਿਆਂ ਵੇਖ ਲਿਆ ਇੱਕ ਮਿਸਾਲ ਆ ਇੰਡੀਆ ਵਿੱਚ ਹੁੰਦਾ ਨਾ ਪਾਕਿਸਤਾਨ 'ਚ ਨਹੀਂ ਹੁੰਦਾ ਯਾਰ ਸੁਣ ਤੇ ਲਾ ਨਾ ਅੱਲਾ ਦੇ ਬੰਦੇ ਠੀਕ ਹੈ ਜੀ ਉਸ ਤੋਂ ਬਾਅਦ ਆਏ ਨੇ ਘਰ ਇਹਨਾਂ ਨੂੰ ਨਹੀਂ ਪਤਾ ਕਿ ਤੁਸੀਂ ਦੇਖ ਲਿਆ ਸੀ ਹੁਣ ਤੁਸੀਂ ਇਹਨਾਂ ਨੂੰ ਦਰਾਣਾ ਤਬੀਅਤ ਸੈੱਟ ਕਰਨੀ ਹੈ ਅੱਛਾ ਇਹ ਟੈਨਸ਼ਨ ਨਹੀਂ ਲੈਣੀ ਇਹ ਤਕਰੀਬਨ ਹਰ ਬੁੱਢੀ ਪੜ੍ਹਦੀ ਅੱਜ ਕੱਲ੍ਹ ਔਰ ਬਿਹਤਰੀਨ ਹੱਲ ਹੈ ਕਿ ਪੜ੍ਹਨੇ ਨਹੀਂ ਚਾਹੀਦੇ ਮੈਸੇਜ ਜਿੰਨੇ ਮਰਜ਼ੀ ਆ ਜਾਣ ਬੰਦੇ ਨੂੰ ਉਹ ਆਪਣੇ ਘਰ ਬਾਹਰ ਤੋਂ ਲੈਂਦਾ ਲੁਦਾ ਨਹੀਂ ਜਾਂਦਾ ਕਿਤੇ ਵੀ ਤੇ ਬੁੱਢੀਆਂ ਐਵੇਂ ਮੈਸੇਜ ਪੜ੍ਹ ਕੇ ਆਪਣਾ ਖੂਨ ਸਕਾਈ ਜਾਂਦੀਆਂ ਮੈਂ ਨਹੀਂ ਸਕਾਉਂਦੀ ਹਾਂ ਤੁਸੀਂ ਪਾਸਵਰਡ ਹੀ ਕੋਈ ਚੰਗਾ ਬੰਦਾ ਲਾ ਲਓ ਬਦਲਾਂ ਘਰ ਜਾ ਦੋ ਯਾਰ ਹਾਲ ਕਰ ਦੇ ਹੋਰ ਬਦਲ ਲਾਂਗਾ ਠੀਕ ਕੁਛ ਸ਼ਰਮ ਕਰੋ ਠੀਕ ਵਿਚਾਰੀ ਅਗਲੇ ਨੇ ਧੀ ਦਿੱਤੀ ਹੈ ਤੇ ਮਾਪਿਆਂ ਨੇ ਵਿਚਾਰੀ ਤਾਂ ਤੁਸੀਂ ਕਹੋ ਨਹੀਂ ਨਹੀਂ ਅੱਛਾ ਪਾਸਵਰਡ ਮਿਲ ਜਾਂਦਾ ਠੀਕ ਹੈ ਅੱਛਾ ਪਾਸਵਰਡ ਐਪਸ ਬਹੁਤ ਅੱਛੀ ਅੱਛੀ ਆ ਜਾਂਦੀ ਠੀਕ ਹੋ ਗਈ ਨਾਲੇ ਪਾਸਵਰਡ ਕੰਮ ਦਾ 15 ਤੋਂ 20 ਇੰਚਾਂ ਦਾ ਲਾਉਣਾ ਇਹ ਵੀ ਗੱਲ ਤਾਂ ਕਿ ਦੇਖਦੇ ਵੀ ਰਹਿਣਾ ਤੇ ਕਿੱਡਾ ਹੀ ਲੰਮਾ ਹੋਵੇ ਲੰਮਾ ਹੀ ਹੋਵੇ ਬਾਜੀ ਮੈਂ ਸਮਝਾਤਾ ਹਾਂ ਉਹਨਾਂ ਨੇ ਅੱਜ ਤੁਸੀਂ ਬਹੁਤ ਜ਼ਿਆਦਾ ਸਮਝਾਇਆ ਮੈਂ ਸਮਝਾਤਾ ਮੈਂ ਤੁਹਾਡੇ ਨਾਲ ਆ ਠੀਕ ਆ ਸਮਝ ਗਿਆ ਲਓ ਜੀ ਇਹ ਤੁਹਾਡੇ ਘਰ ਆ ਇੱਕਦਮ ਸਾਹਮਣੇ ਆਏ ਘਰ ਤੇ ਤੁਸੀਂ ਉਹਨਾਂ ਰਹਿਣਾ ਨੇ ਪੁੱਛਣਾ ਕਿ ਮੈਂ ਤੁਹਾਨੂੰ ਕਿੱਥੋਂ ਆਏ ਤੇ ਮੈਂ ਤੁਹਾਨੂੰ ਦੇਖਿਆ ਸੀ ਤੇ ਅੱਗੋਂ ਇਹ ਹੁਣ ਮੁੱਕਰਨਗੇ ਚਲੋ ਜੀ ਸ਼ੁਰੂ ਬਾਹਰ ਚੁੱਪ ਚਲੋ ਜੀ ਚਲੋ ਜੀ ਹਾਂਜੀ ਸ਼ਾਹ ਜੀ ਕਿੱਥੋਂ ਆਏ ਹੋ ਤੁਸੀਂ ਮੈਂ ਬਾਹਰ ਗਿਆ ਹੋਇਆ ਤਾਂ ਕਿਉਂ ਬਾਹਰ ਕੀ ਕਰ ਰਹੇ ਥੇ ਆਪ ਕਿਸੇ ਕੇ ਸਾਥ ਥਾ ਜਾਨੀ ਨੇ ਬੁਲਾ ਲਿਆ ਥਾ ਉਸਕੇ ਬਾਅਦ ਚਲਾ ਗਿਆ ਥਾ ਕਿਉਂ ਜਾਨੀ ਭਾਈ ਮੈਂ ਆਪਕੋ ਦੇਖਾ ਕਹੀਂ ਔਰ ਤੁਸੀਂ ਅਸਲ ਗੱਲ ਤੇ ਆਉਣਾ ਮੈਨੇ ਤਾਂ ਆਪਕੋ ਕੋਈ ਔਰ ਦੇਖਾ ਆਪ ਝੂਠ ਬੋਲ ਰਹੇ ਹੋ ਆਪਨ ਟੀਵੀ ਤੇ ਦੇਖਾ ਹੋਗਾ ਨਾ ਜਾਨੀ ਕੇ ਸਾਥ ਥਾ ਮੈਨੇ ਕਹਾ ਤੋ ਨਹੀਂ ਆਪ ਝੂਠ ਬੋਲ ਰਹੇ ਆ ਜਾਨੀ ਭਾਈ ਕੇ ਸਾਥ ਥਾ ਮੈਨੇ ਆਪਕੋ ਦੇਖਾ ਲੜਕੀ ਨਹੀਂ ਲੜਕਾ ਥਾ ਉਹ ਬੈਠਾ ਅੱਛਾ ਉਹਨੇ ਦੇਖਿਆ ਹੀ ਨਹੀਂ ਲੜਕੀ ਨਾ ਦੇਖਿਆ ਮੈਂ ਆਪੇ ਹੀ ਫਸੇ ਗਏ ਮੈਂ ਦੱਸਿਆ ਲੜਕੀ ਭੈਣ ਉਹਨੇ ਦੇਖਿਆ ਹੀ ਨਹੀਂ ਕਿ ਲੜਕੀ ਸੀ ਉਹਨੇ ਕਿਹਾ ਬਾਹਰ ਗਏ ਹੋ ਉਹਨੇ ਕਿਹਾ ਕਿਸੇ ਦੇ ਨਾਲ ਤੇ ਤੁਸੀਂ ਕਿਹਾ ਲੜਕੀ ਨਹੀਂ ਲੜਕਾ ਸੀ ਯਾਰ ਤੁਸੀਂ ਨਾ ਤੁਸੀਂ ਸ਼ਰੀਫ ਆਦਮੀ ਤੁਸੀਂ ਫਸ ਹੀ ਜਾਣਾ ਸਹੀ ਤੁਹਾਡੇ ਪਾਸਵਰਡ ਜਾਂ ਫੜੇ ਜਾਂਦੇ ਨੇ ਤੇ ਮੋਬਾਈਲ ਸ਼ਾਹ ਸਾਹਿਬ ਤੁਸੀਂ ਅੱਛਾ ਇਹਨਾਂ ਦੀਆਂ ਨਾ ਕੋਈ 3 ਅਛਾਈਆਂ ਦੱਸੋ ਫੌਰਨ ਜਿਹੜੀਆਂ ਤੁਹਾਨੂੰ ਚੰਗੀਆਂ ਲੱਗਦੀਆਂ ਹੁਣ 3 ਅਛਾਈਆਂ ਹਾਂ ਖਾਣਾ ਤਾਂ ਅੱਛਾ ਬਣਾਉਂਦੀ ਹੈ ਓਕੇ ਠੀਕ ਹੈ ਯਾਰ ਚੁੱਪ ਘਰ ਦੀ ਸਫਾਈ ਨੰਬਰ 1 ਓਕੇ ਠੀਕ ਹੈ ਤੇ ਆਪਣੀ ਡਰੈਸਿੰਗ ਇਹ ਤਾਂ ਉਹਨਾਂ ਦਾ ਆਪਣਾ ਜ਼ਾਤੀ ਮਾਮਲਾ ਨਾ ਤੁਹਾਨੂੰ ਕੀ ਚੰਗਾ ਲੱਗਦਾ ਮੈਨੂੰ ਖਾਣਾ ਚੰਗਾ ਲੱਗਦਾ ਇੱਕ ਘਰ ਦੀ ਸਫਾਈ ਤੁਹਾਨੂੰ ਲੱਗਦਾ ਯਾਰ 2 ਤੀਸਰੀ ਤੀਸਰਾ ਬਸ ਕੁਝ ਵੀ ਨਹੀਂ 2 ਹੀ 2 ਹੀ ਕੋਈ ਐਸੀਆਂ ਆਦਤਾਂ ਜਿਹੜੀਆਂ ਨਹੀਂ ਅੱਛੀਆਂ ਲੱਗਦੀਆਂ ਜਦੋਂ ਮੂੰਹ ਔਰਤ ਬੋਲਦੀ ਨਾ ਪੜ 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 ਉਹ ਨਹੀਂ ਜੀ ਲੱਗਦੀ ਉਹ ਨਹੀਂ ਜੀ ਲੱਗਦੀ ਇੱਕ ਭੈਣ ਜਦੋਂ ਅਗਲੀ ਨੇ ਮੈਸੇਜ ਪੜਨੇ ਤਾਂ ਬੋਲੇ ਵੀ ਨਾ ਮੈਸੇਜ ਸਾਨੂੰ ਦੱਸਦੇ ਰਹੇ ਓ ਯਾਰ ਮੈਸੇਜ ਤੂੰ ਚਲੋ ਜੀ ਅੱਛਾ 3 ਕੋਈ ਜਿਹੜੀਆਂ ਨਹੀਂ ਚੰਗੀਆਂ ਲੱਗਦੀਆਂ ਇੱਕ ਬੁੜਬੜ ਇੱਕ ਤੇ ਬੁੜਬੁੜ ਕਰਦੇ ਨਾ ਚੰਗੀ ਨਹੀਂ ਲੱਗਦੀ ਬੰਦਾ ਬਾਹਰ ਜਾਵੇ ਬੰਦਾ ਘਰ ਆਵੇ ਪੁੱਛਣਾ ਨਹੀਂ ਕਿੱਥੋਂ ਆਇਆ ਤੇ ਕਿੱਥੇ ਗਿਆ ਸ਼ੁਰੂ ਹੋ ਜਾਣਾ ਚਲੋ ਇੱਕ ਹੋ ਗਈ ਦੂਸਰੀ ਬਸ ਕੀ ਕਹਿੰਦਾ ਘੁੰਮਣ ਫਿਰਨ ਦਾ ਇਹਨਾਂ ਦਾ ਕਹਿਣਾ ਤੇ ਤੁਹਾਨੂੰ ਨਹੀਂ ਇੰਨਾ ਅੱਛਾ ਲੱਗਦਾ ਮੈਨੂੰ ਅੱਛਾ ਨਹੀਂ ਲੱਗਦਾ 2 ਹੋ ਗਈਆਂ ਤੀਸਰਾ ਘਰ ਸੋਈਓ ਜਾ ਤੂੰ ਕਦੇ ਓਕੇ ਅੱਛਾ 3 ਐਸੀ ਬਾਤਾਂ ਜੋ ਆਪਕੋ ਨਹੀਂ ਅੱਛੀ ਲੱਗਦੀ ਜੇ ਹੈ ਕਿ ਬਾਤ ਨਹੀਂ ਸ਼ੇਅਰ ਕਰਦੇ ਸਭ ਤੋਂ ਬੜੀ ਬਾਤ ਇਹ ਹੈ ਬਾਤ ਨਹੀਂ ਸ਼ੇਅਰ ਕਰਦੇ ਉਹਨਾਂ ਨੂੰ ਕੀ ਲੋੜਾ ਤੁਸੀਂ ਆਪੇ ਹੀ ਮੈਸੇਜ ਪੜ ਲੈਣੇ ਫੈਮਿਲੀ ਬੇਸਿਸ ਤੇ ਅੱਛਾ ਚਲੋ ਫੈਮਿਲੀ ਬੇਸਿਸ ਤੇ ਅੱਛਾ ਇੱਕ ਬਾਤ ਨਹੀਂ ਸ਼ੇਅਰ ਕਰਦੇ ਬਾਤ ਨਹੀਂ ਸ਼ੇਅਰ ਕਰਦੇ ਸੁਣਦੇ ਨਹੀਂ ਹੈ ਬਾਤ ਅਬ ਕਹਿ ਦੋ ਕਿ ਅਜਾਨਾ ਅਮੀ ਹਾਂ ਨਹੀਂ ਗੁੱਸਾ ਨਹੀਂ ਇਤਨਾ ਨਹੀਂ ਕਰਦੇ ਗੁੱਸਾ ਨਹੀਂ ਕਰਦੇ ਬਸ ਚੁੱਪ ਕਰ ਜਾਂਦੇ ਆ ਬਾਹਰ ਨਿਕਲ ਜਾਂਦੇ ਆ ਜਦ ਗੁੱਸਾ ਆਉਂਦਾ ਉਹ ਤਾਂ ਮੈਂ ਕਿਹਾ ਉਹਨੇ ਚੁੱਪ ਹੀ ਕਰਨਾ ਵਿਚਾਰੀ ਨੇ ਜਦੋਂ ਅੱਗੋਂ ਉਹਨੂੰ ਟਾਈਮ ਹੀ ਨਹੀਂ ਮਿਲ ਰਿਹਾ ਗੱਲ ਕਰਨ ਦਾ ਉਹਨੇ ਚੁੱਪ ਹੀ ਕਰਨਾ ਉਹ ਟਾਈਮ ਦਿੰਦੇ ਨਹੀਂ ਸਿਆਣੇ ਕਹਿੰਦੇ ਨੇ ਮਤਲਬ ਜਿੰਨੀ ਤੂੰ ਜ਼ਮੀਨ ਦੇ ਉੱਤੇ ਆ ਨਾ ਉਨੀ ਤੂੰ ਜ਼ਮੀਨ ਦੇ ਅੰਦਰ ਆ ਹਾਂਜੀ ਐਸ ਨਹੀਂ ਐਸ ਯਾਰ ਕਿਹਦਾ ਮੇਰੇ ਨਾਲ ਰਲਿਆ ਹੋਇਆ ਨਹੀਂ ਸਹੀ ਹੈ ਸਹੀ ਜੋ ਮੈਂ ਕਹੀ ਜਾ ਰਿਹਾ ਕਿਹਦਾ ਐਸਾ ਹੀ ਐਸਾ ਠੀਕ ਹੈ ਠੀਕ ਹੈ ਆਪਣੇ ਕੋਲ ਸਾਰੇ ਮੇਰੇ ਸਾਥ ਵੀ ਹੋਣਗੇ ਸਾਥ ਆਮਨ ਤੁਹਾਡਾ ਵਾ
ਲੱਗ ਮੇਰਾ ਰਿਹਾ ਕਸਮੇ ਲਾਈਫ ਉਹੀ ਆ ਇਹ ਕੀ ਆ ਫਿਰ ਲੂਣ ਤੇਜ਼ ਪਾਤਾ ਚ ਉਹ ਕਹਿੰਦੀ ਅੱਜ ਬਸ ਉਹ ਮੈਂ ਇੰਜ ਕਰਨ ਲੱਗੀ ਤੂੰ ਉਹਨੇ ਮੁੰਡੇ ਨੇ ਕੋਹਣੀ ਮਾਰੀ ਸਾਰੀ ਚਮਚੀ ਜਾ ਪੀ ਵਿੱਚ ਸਾਡੀ ਲਾਈਫ ਜਿਹੜੀ ਨਾ ਮਜ਼ੇਦਾਰ ਲਾਈਫ ਆ ਲਿਆ ਸੂਟ ਵਾਸ਼ਰੂਮ ਚ ਵਾਦਾ ਦੇਣਾ ਤੌਲੀਆ ਫੜਾ ਦੇ ਬੇਗਮ ਤੇ ਮੈਂ ਇੱਦਾਂ ਖਿੱਚ ਕੇ ਰੱਖੀ ਆ ਉਹਨੂੰ ਮੈਂ ਕਿਹਾ ਬੇਗਮ ਕਹਿੰਦੀ ਤਮੀਜ਼ ਨਾ ਮੈਂ ਕਿਹਾ ਓਕੇ ਓਕੇ ਆ ਓਕੇ 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 ਮੈਂ ਕਿਹਾ ਬੇਗਮ ਮੇਰੇ ਕੱਪੜੇ ਇਸੇ ਕਰੋ ਕਹਿੰਦੀ ਅੱਜ ਤੋਂ ਬਾਅਦ ਮੈਨੂੰ ਕਿਹਾ ਨਾ ਮੈਂ ਕਿਹਾ ਠੀਕ ਹੈ ਅੱਜ ਕੇ ਬਾਅਦ ਨਹੀਂ ਕਹਿਤਾ ਮੈਂ ਪਰਸੋਂ ਕਹਿ ਦੂੰਗਾ ਠੀਕ ਹੈ ਆਪ ਬਿਲਕੁਲ ਸਹੀ ਗਾ ਇਹ ਤੁਹਾਡੀ ਇਹ ਤੁਸੀਂ ਇਹਨੂੰ ਮੈਨੇਜ ਕਰ ਰਹੇ ਲਾਈਫ ਠੀਕ ਹੈ ਲੇਕਿਨ ਬਹੁਤ ਅੱਛੀ ਲਾਈਫ ਆ ਮਾਸ਼ਾਅੱਲਾ ਖੁਸ਼ ਰਹੋ ਹੱਸਦੇ ਰਹੋ ਹੁਣ ਘਰ ਜਾ ਕੇ ਲੜਨਾ ਨਹੀਂ ਕਿ ਤੂੰ ਉੱਥੇ ਸਾਰਿਆਂ ਬੰਦਿਆਂ ਦੇ ਵਿੱਚ ਮੈਨੂੰ ਕਿਹਾ ਵੀ ਬੁੜਬੁੜ ਕਰਦਾ ਇਹਨੇ ਬਾਜੀ ਨੇ ਲਾਜ਼ਮੀ ਗੱਲ ਕਰਨੀ ਤੇ ਮੈਨੂੰ ਸ਼ਕਲ ਦੱਸ ਰਹੀ ਹੈ ਨਹੀਂ ਕਰੇਗੀ ਇਹਨੇ ਘਰ ਜਾ ਕੇ ਲਾਜ਼ਮੀ ਕਹਿਣਾ ਕਿ ਤੁਸੀਂ ਚੰਗੀ ਨਹੀਂ ਕੀਤੀ ਤੁਸੀਂ ਉੱਥੇ ਇੰਨੇ ਕੈਮਰਿਆਂ ਸਾਹਮਣੇ ਕਿਹਾ ਬੁੜਬੁੜ ਕਰਦੀ ਨਹੀਂ ਬੁੜਬੁੜ ਦੇ ਪਰ ਮੈਂ ਨਹੀਂ ਜਿੰਨੇ ਵੀ ਬੰਦੇ ਖਲੋਤੇ ਸਭ ਬੰਦੇ ਕੋਲ ਇਹਨੇ ਬੁੜਬੁੜ ਨਹੀਂ ਤੁਸੀਂ ਉਹਦਾ ਨਾਮ ਬੁੜਬੁੜ ਰੱਖਿਆ ਨਹੀਂ ਉਹਨੂੰ ਅਲਫਾਜ਼ ਕਿਸੇ ਅਲਫਾਜ਼ਾਂ 'ਚ ਅੱਛਾ ਕੀ ਕਹਿੰਦੀ ਆ ਵੀ ਬੁੜਬੁੜ ਬੁੜ ਇੱਦਾਂ ਕਰਦੀ ਕੁਛ ਮੂੰਹ ਬੋਲਦੀ ਹੋਏਗੀ ਲਫ਼ਜ਼ ਹੋਣਗੇ ਕੁਛ ਉਹ ਬੰਦਾ ਕੰਜ ਰੂਮ ਪਾ ਲਿਓ ਚੰਗਾ ਨਹੀਂ ਬਹਰਾਲ ਭਾਈ ਲੜਨਾ ਨਹੀਂ ਸ਼ਾਹ ਸਾਹਿਬ ਲਾਈਫ ਮਾਸ਼ਾਅੱਲਾ ਹਾਂ ਬਹੁਤ ਸ਼ੁਕਰੀਆ ਥੈਂਕ ਯੂ ਸਰ ਓਕੇ ਬਾਜੀ ਲਓ ਜੀ ਬ੍ਰੇਕ ਬ੍ਰੇਕ ਲੈਣੇ ਦਾ ਨਵਾਂ ਤਰੀਕਾ ਹਾਂਜੀ ਆ ਜਾਓ ਹਾਂਜੀ ਮੈਂ ਨਹੀਂ ਖਿੱਚਣੀ ਮੈਂ ਖਿੱਚਣੀ ਉੱਧਰ ਚੱਲੋ ਮੈਂ ਬ੍ਰੇਕ ਲੈ ਲਵਾਂ ਮੈਂ ਬ੍ਰੇਕ ਲੈ ਲਵਾਂ ਨਾਲ ਰਹੇ ਬ੍ਰੇਕ ਤੋਂ ਬਾਅਦ ਮਿਲਦੇ ਹਾਂ ਆ ਜਾ ਵਾਹ ਵਾਹ ਨਾਜ਼ਰੀਨ ਯਕੀਨ ਕਰੇ ਇਹ ਨਜ਼ਾਰਾ ਜ਼ਰਾ ਪਿੱਛੇ ਚੈੱਕ ਕਰੋ ਤੁਸੀਂ ਉਫ ਵੇਟਰ ਸੋਰੀ ਉਹ ਡਰ ਗਏ ਵੇਟਰ ਵੇਟਰ ਭਾਈ ਮੇਰੇ ਭਈਆ ਵੇਟਰ 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 ਕਿਆ ਨਾਮ ਹੈ ਆਪਕਾ ਜੀ ਫਿਆਜ਼ ਅਹਿਮਦ ਫਿਆਜ਼ ਅਹਿਮਦ ਵੀ ਸਾਹਿਬ ਫਿਆਜ਼ ਅਹਿਮਦ ਭਾਈ ਕਿਆ ਕਿਆ ਮੈਨਿਊ ਅਮੀਰੋਂ ਵਾਲਾ ਬਤਾਨਾ ਮਹਿੰਗੀ ਚੀਜ਼ੇ 5-7 ਹਜ਼ਾਰ 2 ਹਜ਼ਾਰ ਵਾਲੀ ਨਹੀਂ ਵੱਡਾ ਲੈਵਲ ਕੀ ਬੈਂਕ ਲੁੱਟ ਕੇ ਆਏ ਹੋ ਕਿਤੋਂ ਯਾਰ ਕਿ ਮੇਰੇ ਮੂੰਹ ਤੇ ਕੋਈ ਇਦਾਂ ਦਾ ਹਿਸਾਬ ਕਿਤਾਬ ਆ ਕਿ ਮੈਂ ਅਮੀਰ ਨਹੀਂ ਬਣ ਸਕਦਾ ਨਹੀਂ ਨਹੀਂ ਮੂੰਹ ਦੇ ਹਿਸਾਬ ਨਾਲ ਤੇ ਮੇਰਾ ਦਿਲ ਕਰ ਰਿਹਾ ਤੁਹਾਨੂੰ ਪੈਨ ਰੋਲ ਦੀ ਕੜਾਈ ਖਵਾ ਦੀ ਅੱਜ ਕਿਹਦੀ ਅੱਛਾ ਮੇਰੀ ਗੱਲ ਸੁਣ ਜੀ ਇਹ ਮੇਰੀ ਬੈਗ ਤੇ ਆ ਜਿਹੜਾ ਇਹ ਕੀ ਸ਼ਾਹੀ ਕਿਲਾ ਵਾ ਉਦੋਂ ਹੋਰ ਨਿਜ਼ਾਮ ਹੁੰਦਾ ਸੀ ਇਸ ਬੈਸ ਚ ਨਾ ਪੈ ਤੂੰ ਗਾਜ਼ੀਆਬਾਦ ਦਾ ਵੇਟਰ ਤਾਂ ਨਹੀਂ ਮੈਂ ਕਿਥੇ ਪਿਸਟਲ ਲਾਇਆ ਗਾਜ਼ੀਆਬਾਦ ਦਾ ਵੇਟਰ ਨਹੀਂ ਗਾਜ਼ੀਆਬਾਦ ਦਾ ਪਿਸਟਲ ਨਹੀਂ ਹੁੰਦਾ ਚਮੋਟਾ ਹੁੰਦਾ ਨਹੀਂ ਗਾਜ਼ੀਆਬਾਦ ਦੇ ਬਦਮਾਸ਼ ਨਹੀਂ 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 ਬਦਮਾਸ਼ ਨਹੀਂ ਉਹ ਚਮੋਟੇ ਹੀ ਹੁੰਦੇ ਉੱਥੇ ਦੇ ਪਿਸਟਲ ਨਹੀਂ ਹੁੰਦਾ ਅੱਛਾ ਮੇਰੀ ਗੱਲ ਸੁਣ ਕੀ ਹੈ ਕੀ ਆ ਕੁਝ 35-40 ਹਜ਼ਾਰ ਰੁਪਏ ਵਾਲੀ ਡਿਸ਼ ਇੰਨੀ ਕੁ ਸਿਰਫ ਹੋਵੇ 35 ਹਜ਼ਾਰ ਰੁਪਏ ਦੀ ਇੰਨਾ ਕੁ ਸਾਲਨ ਹੋਵੇ ਕੋਈ ਹੈਗਾ ਕੋਈ 68 ਹਜ਼ਾਰ ਰੁਪਏ ਦੀ ਕੋਲੀ ਚ ਇੰਨੀ ਕੁ ਚੀਜ਼ ਜ਼ਹਿਰ ਹੀ ਹੋ ਸਕਦਾ ਉਹ ਤੇ ਤੂੰ ਲੱਗ ਰਿਹਾ ਮੈਨੂੰ ਇਸ ਤਰ੍ਹਾਂ ਬਹੁਤ ਕਰੋੜੋਂ ਅਰਬੋਂ ਖਰਬੋਂ ਰੁਪਿਆ ਮੇਰੇ ਪਾਸ ਅੱਛਾ ਮੈਂ ਉਰਦੂ ਦੇ ਤੁਹਾਡੇ ਨਾਲ ਬੋਲਣਾ ਮੈਨੂੰ ਯਕੀਨ ਨਹੀਂ ਆ ਰਿਹਾ ਤੈਨੂੰ ਉਰਦੂ ਦੀ ਸਮਝ ਆਈਏਗੀ ਬੇਟਾ ਆਈ ਨੋ ਆਈ ਐਮ ਇੰਗਲਿਸ਼ ਸਪੀਕਿੰਗ ਯੂ ਨੋ ਨਹੀਂ ਇੱਕ ਬੰਦਾ 36 ਜੱਗ ਚ ਜੰਮਿਆ ਹੋਵੇ ਘੋੜੇ ਲੈ ਕੇ ਸਕੂਲ ਜਾਂਦਾ ਹੋਵੇ ਠੀਕ ਹੈ ਰੋਜ਼ ਸੋਟੇ ਖਾਂਦਾ ਮੈਨੂੰ ਯਕੀਨ ਨਹੀਂ ਆ ਰਿਹਾ ਕਿ ਤੁਹਾਨੂੰ ਉਰਦੂ ਦੀ ਸਮਝ ਆ ਜਾਏਗੀ ਅੱਛਾ ਤੈਨੂੰ 36 ਜੱਗ ਕਿਹਨੇ ਦੱਸਿਆ ਅਬਰਾਰ ਦੇ ਗਾਣਾ ਹੀ ਤੇ ਨਹੀਂ ਸੁਣਿਆ 36 ਜੱਗ ਨਹੀਂ ਯਾਰ ਤੁਹਾਡੇ ਆ ਬਹਿਣ ਦੇ ਅੰਦਾਜ਼ ਥੋੜਾ ਕੁ ਪਤਾ ਲੱਗਦਾ 36 ਜੱਗ ਲੈ ਇਦਾਂ ਬਿੰਦੇ ਨਹੀਂ ਨਹੀਂ ਥੋੜੀ ਠੰਡੀ ਮਾਰ ਕੇ ਬਿੰਦੇ ਜਿਵੇਂ ਬੈਠੇ ਹੋਏ ਤੁਸੀਂ ਐ ਸਿੱਧੇ ਹੋ ਕੇ ਨਹੀਂ ਨਾ ਬੈਠੇ ਆਕੜੋ ਨਾ ਕੀ ਗੱਲ ਵਾਲ ਪਿਆ ਆ ਤੂੰ ਮੈਨੇਜਰ ਸਾਹਿਬ ਮੈਨੇਜਰ ਇਨਸਲਟ ਹੋ ਰਹੀ ਹੈ ਇਧਰ ਮੇਰੀ ਮੈਨੇਜਰ ਕੋ ਬੁਲਾਏ ਤੈਨੂੰ ਮੈਂ ਦੱਸਦਾ ਬੇਟੇ ਤੂੰ ਜਿਹੜਾ ਮੇਰੇ ਨਾਲ ਫ੍ਰੀ ਹੋਇਆ ਨਾ ਤੁਸੀਂ ਸਮਝਿਆ ਕਿ ਮੈਂ ਜੇ ਕਾਮੇਡੀ ਪ੍ਰੋਗਰਾਮ ਕਰਦਾ ਤੇ ਮੈਂ ਹਾਸਾ ਇਹ ਨਾ ਕਰ ਸਿੱਧਾ ਮੂੰਹ ਰੱਖ ਸੀਰੀਅਸ ਅੱਛਾ ਮੈਂ ਤੈਨੂੰ ਪੈਸਿਆਂ ਦੀਆਂ ਥੱਦੀਆਂ ਮਾਰ ਮਾਰ ਕੇ ਲਾਸਾਂ ਪਾ ਦੇਣੀਆਂ ਤੇਰੇ ਮੂੰਹ ਮੈਨੇਜਰ ਭਾਈ ਰਫੀਕ ਸਾਹਿਬ
सर आप मैनेजर हाल है सर जी सर भाई जान इसको बोलने की तमीज सिखाए कस्टमर से मेरे जुगता मार रहा कहता छत्ती चकते हैं इदा बैठे पैसा मेरे को खुला वा हाँ हजार का नोट से मैं खुला करा के आया पंजा पंजा ले कोई बात नहीं मैं पूंजे ही पै जाता हूँ बेटा बस कर दे तेरे मेनू पता जरा तू छत्ती जाके ना लिया तू पिछो मेनू लग रहा सोना थले बनैन रात नू ला के तू बनैन पा के थले कच्छा पा के फिरदा होना बाहर कैसा तेरा ਪੁਰਾਣੀ ਇਸਤਰੀ ਵਰਗਾ ਮੂੰਹ ਹੈ ਸਾਰੀ ਗੱਲ ਸਰ ਜਦੋਂ ਤੁਹਾਡੇ ਵਰਗੇ ਉਮੀਦਵਾਰ ਬਾਹਰ ਨਿਕਲੇ ਹੁਣ ਤਾਂ ਸਰ ਅਗਲਿਆਂ ਨੇ ਵੀ ਤੇ ਉਹਨਾਂ ਦੀ ਉਹ ਤੂੰ ਹਰ ਗੱਲ ਦਾ ਜਵਾਬ ਲਾਜ਼ਮੀ ਦੇਣਾ ਤੂੰ ਮੈਨੂੰ ਦੱਸ ਤੇਰੇ ਕੋ ਕੀ ਹੈ ਨਹੀਂ ਬਟੇਰਾ ਨਹੀਂ ਬੇਟਾ ਮੈਂ ਉਹ ਤੇਰੇ ਕੋ ਫੜਿਆ ਵੀ ਨਹੀਂ ਜਾਣਾ ਓਏ ਤੇਰੇ ਕੋ ਹੈ ਕੀ ਮੈਨੂੰ ਦੱਸ ਓਏ ਪਹਿਲੇ ਤੁਸੀਂ ਥੋੜਾ ਕੁ ਦੱਸੋ ਕਦੀ ਜ਼ਿੰਦਗੀ 'ਚ ਮਟਨ ਖਾਧਾ ਫਿਰ ਮੈਂ ਉਹਦੇ ਵਿੱਚ ਤੁਹਾਨੂੰ ਰਿਕਮੈਂਡ ਕਰ ਦਿੰਦਾ ਮਟਨ ਖਾ ਖੋ ਲੈਂਦੇ ਹੋ ਲਾਹੌਰ ਦਾ ਮਟਨ ਨਹੀਂ ਮੈਂ ਖਾਣਾ ਕਿਸੇ ਹੋਰ ਸ਼ਹਿਰ ਦਾ ਹੈਗਾ ਤੇ ਖਾ ਲਾਂਗਾ ਲਾਹੌਰ ਦਾ ਮਟਨ ਖਾ ਕੇ ਨਾ ਮੇਰਾ ਐਦਾਂ ਕਰਨ ਨੂੰ ਦਿਲ ਕਰਦਾ ਤੇ ਚੰਗਾ ਨਾਲ ਹੀ ਮੰਡੀ ਲਾਹੌਰ ਦਾ ਮਟਨ ਖਾ ਲੈਣਾ ਮੇਰਾ ਦਿਲ ਕਰਨਾ ਮੈਂ ਤੈਨੂੰ ਦਲੱਤੀਆਂ ਮਾਰ ਲਾਹੌਰ ਦਾ ਮਟਨ ਖਾ ਲੈਣਾ ਮੇਰਾ ਦਿਲ ਕਰਨਾ ਮੈਂ ਪੱਠੇ ਖਾਵਾਂ ਮੈਂ ਲਾਹੌਰ ਦਾ ਮਟਨ ਨਹੀਂ ਖਾਣਾ ਬੇਟੇ ਮੈਨੂੰ ਕਿਸੇ ਹੋਰ ਸ਼ਹਿਰ ਦਾ ਖਵਾ ਅੱਛਾ ਕੀ ਖਾਣਾ ਚਾਹੋਗੇ ਹੁਕਮ ਕਰੋ ਕੀ ਆ ਤੇਰੇ ਕੋ ਸਾਡੇ ਕੋਲ ਸਰ ਬਾਰਬੀਕਿਊ ਆ ਕੜਾਈਆਂ ਆ ਬੜਾ ਕੁਛ ਆ ਇਹ ਕਿਹੜਾ ਮੈਨਿਊ ਆ ਜੀ ਇਹ ਸਾਡੇ ਕੋਲ ਬਾਰਬੀਕਿਊ ਆ ਕੜਾਈਆਂ ਨੇ ਬੜਾ ਕੁਛ ਆ ਕੜਾਈਆਂ ਤੇ ਬੇਟਾ ਬਰਤਨਾਂ ਵਾਲਿਆਂ ਕੋ ਵੀ ਹੁੰਦੀਆਂ ਅੱਛਾ ਅੱਛਾ ਨਹੀਂ ਨਹੀਂ ਉਹ ਤੇਰੇ ਕੋ ਮੈਨਿਊ ਕੀ ਆ ਕਬਾਬ ਕਿਹੜੇ ਕਿਹੜੇ ਨੇ ਟਿੱਕੇ ਕਿਹੜੇ ਕਿਹੜੇ ਨੇ ਕੜਾਈ ਕਿਹੜੀ ਕਿਹੜੀ ਨਾ ਦੱਸ ਕਿੱਥੋਂ ਆ ਗਿਆ ਸਮਝਿਆ ਕਿ ਪਤਾ ਨਹੀਂ ਤੁਸੀਂ ਹੋਟਲਾਂ ਗਾ ਕੇ ਕਰਦੇ ਰਹੇ ਮੈਂ ਤਾਂ ਸ਼ਾਰਟ ਜੀ ਤੁਹਾਡੇ ਨਾਲ ਨਹੀਂ ਸਾਰਾ ਸਮਝਾਉਣਾ ਪੈਣਾ ਸਮਝਾ ਅੱਛਾ ਕਬਾਬ ਖਾ ਲੈਂਦੇ ਹੋ ਹੈ ਉਹ ਜਿਹੜਾ ਕੋਲੇ ਤੇ ਪੱਕਦੇ ਨੇ ਇੰਜਨ ਕਰਕੇ ਆਹ ਮੈਂ ਖਾ ਲੈਣਾ ਚਲੋ ਠੀਕ ਹੈ ਤੇ ਚਿਕਨ ਚ ਰੇਸ਼ਮੀ ਸੀ ਕਬਾਬ ਆ ਇਦਾਂ ਬਕਵਾਸ ਕਰ ਕਿਹੜਾ ਰੇਸ਼ਮੀ ਰੇਸ਼ਮੀ ਕੀ ਮਤਲਬ ਰੇਸ਼ਮੀ ਕੀ ਰੇਸ਼ਮੀ ਦਾ ਕਪੜਾ ਹੁੰਦਾ ਹੁੰਦਾ ਨਹੀਂ ਨਹੀਂ ਅਸਲ ਚ ਰੇਸ਼ਮੀ ਉਹ ਹੁੰਦਾ ਵਾ ਕਿ ਜਿਹੜਾ ਚਿੱਟਾ ਰੇਸ਼ਮੀ ਉਹ ਹੁੰਦਾ ਵਾ ਤੂੰ ਕਿੱਥੇ ਦਾ ਹੈ ਮੈਂ ਤਾਂ ਜਨਾਬ ਸ਼ਦਰੇ ਦਾ ਹਾਂ ਨਾ ਐਡਾ ਰੇਸ਼ਮੀ ਹੁੰਦਾ ਵਾ ਤੂੰ ਕਿਹਾ ਨਾ ਫੈਸਲਾਬਾਦ ਵਾਲਾ ਕੋਈ ਐਂਟਰਟੇਨ ਕਰ ਰਿਹਾ ਉਸ ਰੋਡ ਤੇ ਕੋਈ ਰਿਸ਼ਤੇਦਾਰ ਰਹਿੰਦਾ ਹੋਵੇ ਪੂਰਾ ਉਹ ਜਿਹੜਾ ਲਾਹੌਰੋਂ ਫੈਸਲਾਬਾਦ ਵਾਲਾ ਜੀਟੀ ਰੋਡ ਆ ਨਹੀਂ ਤੁਹਾਡੇ ਵਰਗੇ ਬੇਲੀ ਰਹਿੰਦੇ ਨੇ ਮੇਰੇ ਪੰਜ ਚਾਰ ਵਾਰ ਉਹਨਾਂ ਦੇ ਮੈਨੂੰ ਲੱਗ ਗਿਆ ਸਮਝ ਬੇਟਾ ਹੌਲੀ ਹੌਲੀ ਮੈਨੂੰ ਪਤਾ ਲੱਗਣਾ ਤੂੰ ਪਿੱਛੋਂ ਦਿਲ ਕਰੇ ਤੇ ਸਲਾਮਤ ਅਲੀ ਦਾ ਅੱਗੋਂ ਦੋ ਦਾ ਪੋਤਾ ਨਿਕਲੇ ਅੱਛਾ ਚੱਲ ਰੇਸ਼ਮੀ ਦਾ ਕੀ ਮਤਲਬ ਰੇਸ਼ਮੀ ਕਬਾਬ ਹੁੰਦਾ ਇਹਦੇ ਕੱਪੜਾ ਹੁੰਦਾ ਰੇਸ਼ਮੀ ਫੈਬਰੋਨ ਤਵੀਰਾ ਕਬਾਬ ਵੀ ਹੁੰਦਾ ਕਾਟਨ ਕਬਾਬ ਵੀ ਹੁੰਦਾ ਰੇਸ਼ਮੀ ਕਬਾਬ ਵੀ ਹੁੰਦਾ ਇਹ ਕੱਪੜੇ ਦੀਆਂ ਵਰਾਇਟੀਆਂ ਨੇ ਬੇਟਾ ਕਬਾਬ ਦਾ ਦੱਸ ਮੈਨੂੰ ਹਾਂਜੀ ਹਾਂਜੀ ਹੁਣ ਪੋਸਕੀ ਕਬਾਬ ਵੀ ਨਾ ਕਹਿ ਦੇਣਾ ਮੈਂ ਤੁਹਾਨੂੰ ਐਕਸਪਲੇਨ ਕਰ ਰਿਹਾ ਜ਼ਰਾ ਮੇਰੀ ਸੁਣ ਲਓ ਪਹਿਲੇ ਰੇਸ਼ਮੀ ਕਿਉਂ ਉਹਦਾ ਨਾਂ ਰੱਖਿਆ ਰੇਸ਼ਮੀ ਹੁੰਦਾ ਤੁਸੀਂ 2 ਮਿੰਟ ਲਈ ਮੇਰੀ ਸੁਣੋਗੇ ਸੁਣਾਓ ਤੁਸੀਂ ਉਹ ਸਟੂਡੈਂਟ ਜੇ ਟੀਚਰ ਨੂੰ ਸਮਝਾਉਣਾ ਸ਼ੁਰੂ ਕਰਦੇ ਮੇਰੇ ਕੋਲ ਸੁਣ ਤੇ ਲਵੋ ਤੁਸੀਂ ਪਹਿਲੀ ਵਾਰੀ ਸੁਣਿਆ ਨਾਲ ਹੀ ਰੌਲਾ ਪਾਤਾ ਕਿ ਰੇਸ਼ਮੀ ਵੀ ਕਬਾਬ ਹੁੰਦਾ ਚੱਲ ਸਮਝਾ ਰੇਸ਼ਮੀ ਕਬਾਬ ਜਨਾਬ ਉਹ ਹੁੰਦਾ ਵੇ ਜਿਹੜਾ ਵਾਈਟ ਹੁੰਦਾ ਚਿੱਟੇ ਰੰਗ ਦਾ ਠੀਕ ਹੈ ਸਪਾਈਸੀ ਨਹੀਂ ਹੁੰਦਾ ਚਿਕਨ ਦਾ ਕਬਾਬ ਉਹ ਰੇਸ਼ਮੀ ਹੁੰਦਾ ਉਹ ਰੇਸ਼ਮੀ ਹੁੰਦਾ ਰੇਸ਼ਮੀ ਕੀ ਹੈ ਇਹਦੇ ਚ ਰੇਸ਼ਮੀ ਜਨਾਬ ਮਲਾਈ ਚ ਪਾਈ ਹੋਈ ਉਹ ਮਲਾਈ ਕਹਿ ਰਹੇ ਤੂੰ ਰੇਸ਼ਮੀ ਕੋ ਕਹਿ ਰਿਹਾ ਉਹ ਮਲਾਈ ਕਹਿ ਦੇ ਕਿ ਮਲਾਈ ਵਾਲਾ ਨਹੀਂ ਨਹੀਂ ਤੂੰ ਕਹਿ ਜੀ ਸਾਡੇ ਕੋਲ ਚਿੱਟੇ ਕਬਾਬ ਹੁੰਦੇ ਉਹ ਚ ਮਲਾਈ ਹੈ ਚੀਜ਼ ਆ ਬਟਰ ਸਾਰੀਆਂ ਦਾ ਕੰਬੀਨੇਸ਼ਨ ਬਣੇਗਾ ਤਾਂ ਵਾਈਟ ਬਣ ਜਾਏਗਾ ਉਹਨੂੰ ਕੁਝ ਫਿਰ ਟੱਚ ਤੇ ਦੇਣਾ ਪੈਣਾ ਨਾ ਹਾਂ ਤੂੰ ਉਹਨੂੰ ਵਾਈਟ ਕਬਾਬ ਕਹਿ ਲਾ ਰੇਸ਼ਮੀ ਉਹਦੇ ਚ ਕੀ ਆ ਰੇਸ਼ਮ ਦੇ ਕੀੜੇ ਨਿਕਲਦੇ ਵਿੱਚੋਂ ਰੇਸ਼ਮੀ ਕੀ ਆ ਓਏ ਹੋ ਗਈ ਇੱਥੇ ਬੈਠਿਆਂ ਬੈਠਿਆਂ ਅੱਛਾ ਰੇਸ਼ਮੀ ਤੋਂ ਇਲਾਵਾ ਦੱਸ ਰੇਸ਼ਮੀ ਤੋਂ ਇਲਾਵਾ ਸਕੰਦਰੀ ਕਬਾਬ ਉਹ ਚੋਂ ਕੀ ਤਲਵਾਰਾਂ ਨਿਕਲਦੀਆਂ ਤਲਵਾਰਾਂ ਤੇ ਸਕੰਦਰੀ ਨਾ ਨਾ ਏਡੇ ਟੇਂਟ ਨਹੀਂ ਸਕੰਦਰੀ ਸਕੰਦਰੀ ਕਬਾਬ ਉਹ ਨੇ ਕਿ ਉਹਦੇ ਵਿੱਚ ਪੈਂਦੇ ਡਰਾਈ ਫਰੂਟ ਨਟਸ ਵਗੈਰਾ ਉਹਦੇ ਨਾਲ ਮੂੰਹ ਤੇ ਰੌਣਕ ਆਈ ਜਾਂਦੀ ਹੈ ਖਾਣ ਤੋਂ ਬਾਅਦ ਨਾ ਤੁਹਾਡੇ ਮੂੰਹ ਤੇ ਰੌਣਕ ਆਈ ਹੈਗੀ ਥੋੜ੍ਹੀ ਠੀਕ ਹੈ ਆ ਵੇਖੋ ਨਾ ਤੁਸੀਂ ਬੈਠੇ ਹੋਏ ਮੈਨੂੰ ਵੇਖ ਰਹੇ ਮੈਨੂੰ ਇਹ ਵੀ ਘਬਰਾ ਪੈ ਰਿਹਾ ਕਿ ਪੁੱਛੀ ਜਾ ਰਹੇ ਖਾ ਨਹੀਂ ਰਹੇ ਡਿੱਗਣਾ ਪੈਣਾ ਅੱਛਾ ਤੁਹਾਡੇ 2 ਦੱਸੇ ਨੇ ਤੀਜਾ ਕੋਈ ਦੱਸ ਹੋਰ ਕੋਈ ਆਈਟਮ ਹੋਰ ਕੋਈ ਆਈਟਮ ਤੁਹਾਡੇ ਕੋਲ ਪੈਸੇ ਕਿੰਨੇ ਕਿੰਨੇ ਕੋਲ ਪਹਿਲੇ ਇਹ ਦੱਸ ਪੈਸੇ ਪਾਗਲਾ ਅੱਧਾ ਲਾਹੌਰ ਖਰੀਦ ਲਵਾਂ ਮੈਂ ਮਤਲਬ ਕਿਹੜਾ ਏਰੀਆ ਸਾਡੇ ਨਾਲ ਇੱਕ ਏਰੀਆ ਲੱਗ ਰਿਹਾ ਐ ਨਾ ਖਰੀਦ ਲੈਣਾ ਨਹੀਂ ਬੇਟਾ ਮੈਂ ਇੱਧਰ ਲਾ ਖਰੀਦ ਅੱਛਾ ਇਹ ਤੇਰੇ ਤੇ ਇੱਧਰ ਲਾ ਖਰੀਦ ਇੱਧਰ ਲਾ ਖਰੀਦ ਕੇ ਨਾ ਤੇ ਇੱਧਰਲੇ ਦੇ ਉੱਤੇ ਮੈਂ ਮੂਦਾ ਮਾਰ ਦੇਣਾ ਹਾਂ ਅੱਛਾ ਜਨਾਬ ਹੁਣ ਤੁਸੀਂ ਕੀ ਮਟਨ ਤੁਹਾਨੂੰ ਦੱਸ ਸੀ ਮਟਨ ਦੇ ਵਿੱਚ ਮਟਨ ਚ ਦੱਸ ਮਟਨ ਦੇ ਵਿੱਚ ਹੁੰਦੀਆਂ ਚਾਂਪਾਂ ਓਕੇ ਚਾਂਪਾਂ ਲਾਈਕ ਅ ਰਿਬਸ ਓਕੇ ਅੱਛਾ ਮਾਸ਼ਾਅੱਲਾ ਵਾਹ ਅੱਛਾ ਰਿਬਸ ਹੁੰਦੀਆਂ ਨੇ ਬਹੁਤ ਅੱਛੀਆਂ ਹੁੰਦੀਆਂ ਸਪੈਸ਼ਲ ਨੇ ਤੁਹਾਨੂੰ ਸੂਟ ਕਰਨੀਆਂ ਉਹ ਅੱਛੀਆਂ ਹੁੰਦੀਆਂ ਨੇ ਤੂੰ ਅੱਗੇ ਹੋਰ ਦੱਸ ਹੋਰ ਉਹ ਚ ਮਟਨ ਦਾ ਟਿੱਕਾ ਹੋਏਗਾ ਫਿਸ਼ ਚ ਕੀ ਹੈ ਫਿਸ਼ ਫਿਸ਼ ਵਿੱਚ ਫਿਸ਼ ਟਿੱਕਾ ਹੋਏਗਾ ਜਨਾਬ ਬੋਨਲੈਸ ਪੰਗਸ਼ ਫਿਸ਼ ਦਾ ਹੋਏਗਾ ਸਪੈਸ਼ਲ ਤੁਹਾਡੇ ਅਸੀਂ ਐਕਸਪੋਰਟ ਕਰਵਾਈਏ ਜਨਾਬ ਅੱਛਾ ਜੀ ਪੰਗਸ਼ ਫਿਸ਼ ਬੋਨਲੈਸ ਹੋਏਗੀ ਫਿਸ਼ ਟਿੱਕਾ ਹਿਰਨ ਦੇ ਹੈਗੇ ਕਬਾਬ ਹਿਰਨ ਦੇ ਤੁਸੀਂ ਆਪਣੇ ਆਪ ਨੂੰ ਸੱਚੀ ਬੁੱਝੀ ਤੇ ਨਹੀਂ ਜੰਗੀਰ ਬਾਦਸ਼ਾਹ ਸਮਝ ਬੈਠੇ ਤੁਹਾਡੇ ਆਸੇ ਹਿਰਨ ਫੜਨ ਟੁਰ ਜੀ ਹੁਣ ਸਾਰਾ ਹੋਟਲ ਛੱਡ ਕੇ ਬੇਟਾ ਜਿੱਦਾਂ ਦਾ ਤੁਸੀਂ ਆਲੇ ਦੁਆਲੇ ਮਾਹੌਲ ਬਣਾਇਆ ਇਹ ਹਿਰਨਾ ਘੋੜੇ ਊਂਠ ਇਦਾਂ ਦਾ ਨਿਜ਼ਾਮ ਆ ਉਹ ਇਹ ਮਾਹੌਲ ਬਣਾਇਆ ਹੋਇਆ ਵੇਖੋ ਨਾ ਤੁਸੀਂ 6 ਮਹੀਨੇ ਸਾਲ ਬਾਅਦ ਆਏ 25 ਕੁ ਤੁਸੀਂ ਪਹਿਲੇ ਸੈਲਫੀਆਂ ਲਈਆਂ ਖੁਸ਼ ਹੋਣ ਵਾਸਤੇ ਬਣਾਇਆ ਹੋਇਆ ਹੈ ਵੇਖਣ ਵਾਸਤੇ ਵਾਮ ਨੂੰ ਨਾ ਦੱਸ ਵੀ ਮੈਂ ਕਿੰਨੀਆਂ ਸੈਲਫੀਆਂ ਨਹੀਂ ਪਣਾ 170,000 ਦਾ ਮੈਂ ਲਿਆ ਸੈਲਫੀਆਂ ਵੀ ਨਾ ਲਵਾਂ ਤੂੰ ਇਦਾਂ ਕਰ ਇੱਕ ਰੇਸ਼ਮੀ ਕਬਾਬ ਅੱਛਾ ਜੀ ਇੱਕ ਟਿੱਕਾ
ਮੈਨੂੰ ਹੱਥੋਂ ਨਾ ਦੇਣਾ ਪਈਏ ਤੁਹਾਨੂੰ ਬੇਟਾ ਹੱਥੋਂ ਤੂੰ ਹੱਥ ਤੇਰੇ ਮੈਂ ਵਿਹਲੇ ਨਹੀਂ ਹੁੰਦੇ ਨੇ ਅੱਛਾ ਜਨਾਬ ਇੱਕ ਤੇ ਉਹ ਫੜ ਕਦੀ ਉਹ ਫੜ ਇੱਕ ਕਬਾਬ ਚਾਰ ਰੋਟੀਆਂ ਤੇ ਇੱਕ ਤਿੱਕਾ ਤੇ ਜਿਹੜੇ ਨਾਲ ਆਏ ਨੇ ਇਹਨਾਂ ਨੂੰ ਤਿੱਕੇ ਦੇਣੇ ਇਹਨਾਂ ਵਾਸਤੇ ਤਿੱਕਾ ਲਵਾ ਮੇਰੇ ਵਾਸਤੇ ਇੱਕ ਤਿੱਕਾ ਇਹਨਾਂ ਵਾਸਤੇ ਇੱਕ ਇੱਕ ਤਿੱਕਾ ਅੱਛਾ ਠੀਕ ਹੈ ਉਤੋਂ ਇਹਨਾਂ ਨੂੰ ਥੱਲੇ ਬਾਦਸ਼ਾਹੀ ਮਸਜਿਦ 'ਚ ਸਿੱਟ ਤਾ ਕੇ ਅਮੀਰੀ ਮੌਤ ਮਰਨ ਜੀ ਜਨਾਬ ਠੀਕ ਹੈ ਮੁਗਲਾਈ ਮੌਤ ਮਰਨ ਹੈ ਠੀਕ ਹੈ ਆ ਮਾਇਕ ਉਰੇ ਫੜਾ ਦੇ ਇੱਕ ਰੇਸ਼ਮੀ ਕਬਾਬ ਲੈ ਗਿਆ ਇੱਕ ਤਿੱਕਾ ਲੈ ਗਿਆ ਚਾਰ ਰੋਟੀਆਂ ਤੇ ਇੰਨਾ ਬੜਾ ਸਲਾਦ